danda manual to ja automatic quick truck lube chete ahinara kyo truck di Badia service lay. quick truck lube logi TG location pikkol tia exit 579 from highway 401 in napa ni ahoji koi appointment nay drive-through facility exit 579 from highway 401 in napa ni. quick truck lube the one-stop shop 5196220660 ja 5196222060 quicktrucklube.com qtl because we care quick truck lube स्टेट लाइन ट्रक एंड ट्रेलर वर्जीनिया स्टेट लाइन ਤੇ ਲੈ ਕੇ ਆਏ ਨੇ ट्रक एंड ट्रेलर रिपेयर शॉप इंटरस्टेट 81 ਦੇ एग्जिट 323 ऑपोजिट फ्लाइंग जेट ट्रक शॉप जिथे ट्रकਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ট্রাক ਰਿਪੇਅਰ ਲਈ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050 ਸ਼ਮਾਦਾਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਢਿੱਲੋਂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਚ ਧੰਨਵਾਦ ਜੀ ਮਿਹਰਬਾਨੀ ਢਿੱਲੋਂ ਸਾਹਿਬ ਲਾਰੈਂਸ ਬਿਸ਼ਨੋਈ ਦਾ ਭਰਾ ਪੰਜਾਬੀ ਗਾਇਕਾ ਨਾਲ ਵੇਖਿਆ ਗਿਆ ਐ ਬਿਲਕੁਲ ਹੀ ਲਾਰੈਂਸ ਬਿਸ਼ਨੋਈ ਦੇ ਭਰਾ ਦਾ ਨਾਮ ਅਨਮੋਲ ਬਿਸ਼ਨੋਈ ਜੀ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਕੇਸ ਦਾ ਮਾਸਟਰ ਮਾਈਂਡ ਜਿਹੜਾ ਹੈਗਾ ਉਹ ਅਨਮੋਲ ਬਿਸ਼ਨੋਈ ਹੀ ਸੀ ਇੰਟਰੋਗੇਸ਼ਨ ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਮੰਨੀ ਹੈ ਕਿ ਜਦੋਂ ਇਹ ਕਲੀਅਰ ਹੋ ਗਿਆ ਕਿ ਹੁਣ ਸਿੱਦੂ ਮੂਸੇਵਾਲੇ ਦਾ ਆਪਰੇਸ਼ਨ ਮੁਕੰਮਲ ਹੋਣ ਵਾਲਾ ਇਹਨੂੰ ਮਾਰੇ ਜਾਣੇ ਸਾਰੇ ਪ੍ਰਬੰਧ ਹੋ ਗਏ ਉਸ ਵੇਲੇ ਉਹਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਤੇ ਭਾਣਜੇ ਸਚਨ ਥਾਪਨ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਪ੍ਰੋਗਰਾਮ ਬਣਾ ਲਿਆ ਸੀ ਜੇਲ੍ਹ 'ਚ ਬੈਠੇ ਜੀ ਔਰ ਇਸ ਵンス ਵਿੱਚ ਇੱਕ ਪਰਚਾ ਵੀ ਦਰਜ ਹੋਇਆ ਹੈ ਜਿਹਦੇ ਵਿੱਚ ਉਹਦੀ ਵਕਾਇਦਾ ਗ੍ਰਿਫਤਾਰੀ ਹੋਈ ਹੈ ਲਾਰੈਂਸ ਬਿਸ਼ਨੋਈ ਦੀ ਜੀ ਕਿ ਜਾਲੀ ਡਾਕੂਮੈਂਟਸ ਦੇ ਆਧਾਰ ਦੇ ਉੱਤੇ ਪਾਸਪੋਰਟ ਜਾਲੀ ਬਣਾ ਕੇ ਬੰਦਿਆਂ ਨੂੰ ਬਾਹਰ ਕੱਢਿਆ ਤਾਂ ਕੱਢਿਆ ਕਿਵੇਂ ਜੀ ਉਸੇ ਪੁੱਛ ਰਿਸ਼ਤੇ ਵਿੱਚ ਯੂਨੀ ਸਾਰਾ ਕੁਝ ਮੰਨਿਆ ਕਿ ਅਸੀਂ ਪਹਿਲਾਂ ਹੀ ਉਹਦਾ ਇੰਤਜ਼ਾਮ ਕਰਤਾ ਸੀ। ਹੁਣ ਕਈ ਚੀਜ਼ਾਂ ਇਹੋ ਜਿਹੀ ਆ ਜਾਂਦੀਆਂ ਜਿੱਦੋਂ ਸਾਡੀਆਂ ਸਰਕਾਰਾਂ ਕਲੇਮ ਕਰ ਲੈਂਦੀਆਂ ਕਿ ਆਹ ਕੁਝ ਹੋ ਗਿਆ। ਬਹੁਤ ਸਾਰੇ ਬੰਦੇ ਇਸ ਵੇਲੇ ਦੇਸ਼ ਤੋਂ ਬਾਹਰ ਐ। ਜੀ। 6000 ਕਰੋੜ ਰੁਪਏ ਦਾ ਜਿਹੜਾ ਡਰੱਗ ਰੈਕਟਾ ਨਸ਼ਿਆਂ ਦਾ ਕਾਰੋਬਾਰ ਐ। ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਵੀ ਕੁਝ ਬੰਦਿਆਂ ਦੇ ਨਾਂ ਆਉਂਦੇ ਸੀ। ਉਹਨਾਂ ਬੰਦਿਆਂ ਦੇ ਜਿਨ੍ਹਾਂ ਬੰਦਿਆਂ ਬਾਰੇ ਇਹ ਕਿਹਾ ਜਾਂਦਾ ਕਿ ਬਿਕਰਮ ਸਿੰਘ ਮਜੀਠੀਆ ਦੀ ਉਹਨਾਂ ਨੂੰ ਸਰਪਰਾਸਤੀ ਸੀ ਇਲਜ਼ਾਮ ਲਾਇਆ ਜਾਂਦੇ ਸੀ ਬਿਕਰਮ ਸਿੰਘ ਮਜੀਠੀਆ ਤੇ ਜੀ ਇਹ ਕਿਹਾ ਜਾਂਦਾ ਸੀ ਕਿ ਉਹ ਬੰਦੇ ਜਦੋਂ ਇੱਥੇ ਆਉਂਦੇ ਸੀ ਸਰਕਾਰੀ ਰੈਸਟ ਹਾਊਸਾਂ ਜਾਂ ਸਰਕਾਰੀ ਕੂਟੀਆਂ ਦੇ ਵਿੱਚ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਰੈੱਡ ਬੱਤੀਆਂ ਵਾਲੀਆਂ ਜਿਹੜੀਆਂ ਕਾਰਾਂ ਦਿੱਤੀਆਂ ਜਾਂਦੀਆਂ ਸੀ ਜੀ ਸਕਾਉਟਾਂ ਦਿੱਤੀਆਂ ਜਾਂਦੀਆਂ ਸੀ ਤੇ ਬੜੇ ਆਰਾਮ ਨਾਲ ਉਹ ਪੰਜਾਬ ਦੇ ਵਿੱਚ ਵਿਚਰਦੇ ਹੁੰਦੇ ਸੀ ਜੀ ਲੈਣ ਦੇਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਸਰਕਾਰੀ ਤੌਰ ਤੇ ਮਦਦ ਮਿਲਦੀ ਹੁੰਦੀ ਸੀ ਜੀ ਇਤੋਂ ਤੱਕ ਵੀ ਕਿਹਾ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਦੀ ਮੈਰਿਜ ਦੇ ਵਿੱਚ ਵੀ ਉਹ ਆਇਆ ਸੀ ਜੀ ਉਸ ਸਬੰਧ ਦੇ ਵਿੱਚ ਆ ਹੁਣ ਕੇਸ ਕੋਸ ਰਜਿਸਟਰ ਹੋਈ ਜਾਂਦੇ ਆ ਜਿਵੇਂ ਤੁਹਾਡੇ ਆ ਨਸ਼ਿਆਂ ਦੇ ਮਾਮਲੇ ਚ ਰਾਜਜੀਤ ਦੇ ਖਿਲਾਫ ਵੀ ਹੋਇਆ ਐ ਐਸਐਸਪੀ ਦੇ ਉਹ ਨਵੇਂ ਧਰਾਮਾ ਵੀ ਚਲਾਈਆਂ ਵੀ ਗਏ ਨੂੰ ਜਿਹੜਾ ਹੈਗਾ ਨਾਮਿਨੇਟ ਕਰ ਦਿੱਤਾ ਉਸ ਕੇਸ ਦੇ ਵਿੱਚ ਜੀ ਲੇਕਿਨ ਬਿਕਰਮ ਮਜੀਠੀਆ ਨੂੰ ਅਰੈਸਟ ਵੀ ਕਰ ਲਿਆ ਸੀ ਉਹਦੇ ਖਿਲਾਫ ਐਫਆਈਆਰ ਵੀ ਦਰਜ ਕਰ ਲਈ ਸੀ ਉਹਨੂੰ ਜ਼ਮਾਨਤ ਵੀ ਮਿਲ ਗਈ ਐ ਉਸ ਜ਼ਮਾਨਤ ਨੂੰ ਹੁਣ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਨੇ ਚੁਣੌਤੀ ਵੀ ਦਿੱਤੀ ਐ ਜੀ ਪਰ ਜਿਹੜੀ ਉਹਦੀ ਜ਼ਮਾਨਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਈ ਹੈ ਜੇ ਉਸ ਜ਼ਮਾਨਤ ਤੇ ਆਪਾਂ ਆਰਡਰ ਨੂੰ ਪੜ੍ਹੀਏ ਤਾਂ ਕਹਿੰਦੇ ਕੇਸ ਤਾਂ ਹੈ ਹੀ ਕੁਛ ਨਹੀਂ ਜੀ ਮੈਂ ਇੱਕ ਬਹੁਤ ਵੱਡੇ ਇਨਵੈਸਟੀਗੇਟਰ ਨਾਲ ਜਿਹੜੇ ਪੁਲਿਸ ਦੇ ਵਿੱਚ ਇਹਨਾਂ ਨੇ ਬੜਾ ਲੰਬਾ ਸਮਾਂ ਡਿਊਟੀ ਕੀਤੀ ਹੈ ਉਹ ਹੁਣ ਤਾਂ ਰਿਟਾਇਰ ਹੋ ਚੁੱਕੇ ਹੈ ਮਿੱਤਰ ਹੈ ਮੇਰੇ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਾਰਨ ਕੀ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਬਿਕਰਮ ਮਜੀਠੀਏ ਦੇ ਖਿਲਾਫ ਸਿੱਧਾ ਤਾਂ ਇਲਜ਼ਾਮ ਹੀ ਹੈ ਨਹੀਂ ਜੀ ਕਿ ਬਿਕਰਮ ਮਜੀਠੀਏ ਨੇ ਆਪਦੇ ਹੱਥ 'ਚ ਤੱਕੜੀ ਫੜ ਕੇ ਤੇ ਚਿੱਟਾ ਤੋਲੇ ਜੀ ਡਾਉਨ ਇਹ ਫੀਮ ਤੋਂ ਲੀਆ ਜਾਂ ਉਹਨੇ ਕਾਰੋਬਾਰ ਕੀਤਾ ਉਹਦੇ ਤੇ ਇਲਜ਼ਾਮ ਹੈ ਕਿ ਉਹਨਾਂ ਨੂੰ ਸਰਪ੍ਰਸਤੀ ਦਿੰਦਾ ਰਹੇ ਜੀ ਤੇ ਜਿਹਨਾਂ ਬੰਦਿਆਂ ਨੂੰ ਸਰਪ੍ਰਸਤੀ ਦਿੰਦਾ ਰਿਹਾ ਉਹ ਪੁਲਿਸ ਤੇ ਤਾਂ ਹੱਥ ਹੀ ਨਹੀਂ ਆਇਆ ਜੀ ਉਹ ਤਾਂ ਕੈਨੇਡਾ 'ਚ ਬੈਠੇ ਤੇ ਉਹਨਾਂ ਬੰਦਿਆਂ ਨੂੰ ਲਿਆਉਣ ਵਾਸਤੇ ਤੁਸੀਂ ਇਹ ਦੇਖੋ ਕਿ ਕਿਹੜੇ ਵੇਲੇ ਦੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਜਦੋਂ ਜਦ ਕਰ ਰਹੀ ਹੈ ਹਾਲੇ ਤੱਕ ਕੋ ਬੰਦੇ ਨਹੀਂ ਆਏ ਜੀ ਜਸਟਨ ਟਰੂਡੋ ਜਦੋਂ ਇੰਡੀਆ ਦੇ ਵਿੱਚ ਆਇਆ ਹੈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਉਸ ਵੇਲੇ ਉਹਨਾਂ ਨੇ ਜਨਤਕ ਤੌਰ ਤੇ ਸਟੇਟਮੈਂਟ ਦਿੱਤੀ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਜੀ ਕਿਉਂਕਿ ਅਮਰਿੰਦਰ ਸਿੰਘ ਨੇ ਸਾਡੇ ਡਿਫੈਂਸ ਮਨਿਸਟਰ ਕੈਨੇਡਾ ਦੇ ਹਰਜੀਤ ਸਿੰਘ ਸੱਜਣ ਨੂੰ ਨਾ ਮਿਲ ਕੇ ਜੀ ਉਹਨਾਂ ਦੀ ਤੋਹੀਨ ਕੀਤੀ ਹੈ ਉਹਨਾਂ ਦੀ ਇਨਸਲਟ ਕੀਤੀ ਹੈ ਇਸ ਕਰਕੇ ਜੇ ਮੈਂ ਇੰਡੀਆ ਚਾਹੂੰ ਆ ਰਿਹਾ ਤਾਂ ਮੈਂ ਇਹਨਾਂ ਨੂੰ ਕਿਉਂ ਮਿਲਾਂ ਜੀ ਪਰ ਕਿਉਂਕਿ ਬੜੇ ਮਾਮਲੇ ਜਿਹੜੇ ਇਨਵੋਲਵ ਸੀ ਟੈਰਰਿਜ਼ਮ ਦੇ ਜਾਂ ਨਸ਼ਿਆਂ ਦੇ ਜੀ ਜੇ ਤੁਟਰ ਸਰਕਾਰ ਨੇ ਇਹ ਗੱਲ ਕਹਿਤੀ ਸੀ ਕਿ ਜੇ ਨਸ਼ਿਆਂ ਦੇ ਕਾਰੋਬਾਰ ਬਾਰੇ ਔਰ ਟੈਰਰਿਸਟਾਂ ਬਾਰੇ ਗੱਲ ਕਰਨੀ ਹੈ ਦਸਤਗਰਦਾਂ ਬਾਰੇ ਤਾਂ ਉਹ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰੂ ਭਾਰਤ ਵੱਲੋਂ ਸੀ ਇਸੇ ਨੂੰ ਅਥੋਰਾਈਜ਼ ਕਰਦੇ ਆ ਤੇ ਫਿਰ ਅੰਮ੍ਰਿਤਸਰ ਜਿੱਦੋਂ ਜਸਟਿਨ ਟਰੂਡੋ ਸਾਹਿਬ ਆਏ ਆ ਉੱਥੇ ਉਹਨਾਂ ਦੀ ਇੱਕ ਮੀਟਿੰਗ ਤਾਜ ਹੋਟਲ 'ਚ ਹੋਈ ਸੀ ਜੀ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਬੰਦੇ ਜਿਹੜੇ ਬਾਹਰ ਬੈਠੇ ਆ ਉਹ ਬੁਲਾਉਣੇ ਸੌਖੇ ਨਹੀਂ ਹੁੰਦੇ ਜੀ ਛੇਤੀ ਕੀਤੇ ਉਹਨਾਂ ਨੂੰ ਵਾਪਸ ਬੁਲਾਉਣਾ ਖਾਲਾ ਜੀ ਦਾ ਬਾੜਾ ਨਹੀਂ ਨਹੀਂ ਆ ਸਕਦੇ ਜੀ ਜੇ ਉਸ ਵੇਲੇ ਦੇ ਜਿਹੜੇ ਪੋਲਾ ਡਰੱਗ ਰੈਕਟ ਕਿਹੜੇ ਵੇਲੇ ਦਾ ਚੱਲਦਾ ਮੇਰੇ ਖਿਆਲ ਪੋਲੇ ਦਾ ਅੱਦੋਂ ਬੜੀ ਆਪਦੀ ਕੈਦ ਵੀ ਪੂਰੀ ਕਰ ਲਈ ਹੋਣੀ ਜੀ ਉਹ ਬੰਦੇ ਹੁਣ ਤੱਕ ਨਹੀਂ ਆਏ ਤਾਂ ਸਾਡੀ ਸਰਕਾਰ ਨੇ ਇਹ ਕਲੇਮ ਕਰ ਲਿਆ ਸੀ ਕਹਿੰਦੇ ਜੀ ਗੋਲਡੀ ਬਰਾੜ ਵੀ ਫੜ ਲਿਆ ਜੀ ਛੇਤੀ ਅਸੀਂ ਉਹਨੂੰ ਲਿਆਵਾਂਗੇ ਇਹਦੇ ਬਾਰੇ ਅਮੋਲ ਅਨਮੋਲ ਬਿਸ਼ਨੂਈ ਬਾਰੇ ਤੇ ਸਚਨ ਥਾਪਣ ਬਾਰੇ ਵੀ ਕਹਿੰਦੇ ਹੁੰਦੇ ਸੀ ਕਿ ਸ਼ਾਹ ਜੀ ਉਹ ਕਿਨੀਆਂ ਚ ਫੜਿਆ ਹੋਇਆ ਕੋਈ ਕਿਤੇ ਕਹਿੰਦਾ ਸੀ ਕੋਈ ਕਿਤੇ ਕਹੇ ਉਹ ਵਾਪਸ ਆ ਜਾਣਗੇ ਤੇ ਕੱਲ ਹੁਣ ਇਹ ਪਤਾ ਲੱਗਿਆ ਕਿ ਉੱਥੇ ਪੰਜਾਬੀ ਦੇ ਗਾਇਕ ਗਏ ਸੀ ਅਮਰੀਕਾ ਚ ਵੇਕਰਫੀਲਡ ਜੀ ਕਰਨ ਔਜਲਾ ਤੇ ਇੱਕ ਕਪੜੇ ਉਹ ਹੈਗੇ ਮਾਨ ਸਾਹਿਬ ਐ ਸ਼ੈਰੀਮਾਨ ਸ਼ੈਰੀਮਾਨ ਉਹ ਉੱਥੇ ਗਏ ਸੀ ਜਦੋਂ ਉਹ ਆਪ ਦਾ ਪਰਫਾਰਮ ਕਰ ਰਹੇ ਸੀ ਤੇ ਅਨਮੋਲ ਬਿਸ਼ਨੋਈ ਸਟੇਜ ਤੇ ਆ ਗਿਆ ਸੀ ਜੀ ਉਹ ਉਹਨਾਂ ਦੇ ਨਾਲ ਖਲੋਤਾ ਉਹ ਤਾਂ ਸੈਲਫੀਆਂ ਲੈ ਰਿਆ ਸੀ ਜੀ ਉਹ ਬੰਦਾ ਸੈਲਫੀਆਂ ਲੈ ਰਿਆ ਸੀ ਸਾਡੀਆਂ ਸਰਕਾਰਾਂ ਕਹੀ ਜਾਂਦੀਆਂ ਜੀ ਅਸੀਂ ਉਹ ਤਾਂ ਛੇਤੀ ਆ ਜੂਗਾ ਅਸੀਂ ਉਹਨਾਂ ਨੂੰ ਕਾਬੂ ਕਰਦੇ ਇਹਦੇ ਤੇ ਜਿਹੜੀਆਂ ਸਰਕਾਰਾਂ ਦੀ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਗਿਆ ਨਿਸ਼ਾਨ ਲੱਗਦਾ ਹੈ ਪ੍ਰਸ਼ਨ ਚਿੰਨ ਲੱਗਦਾ ਹੈ لوکا ਨੂੰ ਵਿਸ਼ਵਾਸ ਨਹੀਂ ਰਹਿੰਦਾ ਕਿ ਸਰਕਾਰ ਜੋ ਕਹਿੰਦੀ ਹੈ ਠੀਕ ਕਹਿੰਦੀ ਹੈ ਕਿ ਗਲਤ ਕਹਿੰਦੀ ਹੈ। ਸੋ ਮੇਰੇ ਖਿਆਲ ਮੁਤਾਬਕ ਹੈ ਕਿ ਉਹ ਬੰਦੇ ਬਾਹਰ ਹੈ ਨਾ ਉਹਨਾਂ ਨੇ ਫੜਿਆ ਜਾਣਾ ਤੇ ਨਾ ਸ਼ੇਦੀ ਕੀਤੇ ਫੜੇ ਜਾਣਗੇ। ਇਹਦੇ ਤੇ ਜਿਹੜੀ ਗੱਲ ਬਲਕੌਰ ਸਿੰਘ ਹੋਰਾ ਦੀ ਆਈ ਹੈ ਸਿੱਧੂ ਮੂਸੇਵਾਲੇ ਦੇ ਬਾਪ ਦੀ ਇੱਕ ਸਟੇਟਮੈਂਟ ਆਈ ਹੈ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ। ਉਹ ਕਹਿੰਦਾ ਯਾਰ ਹੁਣ ਤਾਂ ਕੁਝ ਵੀ ਨਹੀਂ ਪਤਾ ਲੱਗਦਾ ਸਾਰੇ ਆਪਸ ਵਿੱਚ ਰਲੇ ਮਿਲੇ ਹੈ। ਜੀ ਕਿਸੇ ਦੀ ਕੋਈ ਕਹਿੰਦੇ ਕੋਈ ਜਿਹੜੀ ਹੈਗੀ ਹੁਣ ਤਾਂ ਭਰੋਸਾ ਹੀ ਖਤਮ ਹੋ ਗਿਆ। ਪਰੋਸੇ ਜੋਗ ਪਰੋਸਾਈ ਪ੍ਰੋਸੇਜੋਗਤਾ ਵੀ ਖਤਮ ਹੋ ਗਈ ਤੇ ਭਰੋਸਾ ਵੀ ਖਤਮ ਹੋ ਗਿਆ ਉਹਨੂੰ ਕੀ ਦੇ ਦੇ ਅਸੀਂ ਭਰੋਸਾ ਕਰੀਏ ਸਾਰੇ ਕਹਿੰਦੇ ਰਹੇ ਮੇਰੇ ਇਸ ਕਰਕੇ ਇੱਥੇ ਕੱਢਣ ਪਾਉਣ ਨੂੰ ਕੱਖ ਨਹੀਂ ਦਲਵੀਰ ਸਿੰਘ ਆਪਾਂ ਇੱਥੇ ਬੈਠ ਕੇ ਜਾਬਾ ਵਾਲੀ ਪਕਾਈ ਮਾਰ ਲੈਨੇ ਵਿਆਹ ਹੋ ਗਿਆ ਹੋ ਗਿਆ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਇਹ ਸਿਸਟਮ ਪਤਾ ਨਹੀਂ ਕਿਹੜੇ ਪਾਸੇ ਨੂੰ ਕੀ ਲੈ ਜਾਏ ਇੱਥੇ ਕੁੱਤੀ ਚੱਟੀ ਜਾਂਦੀ ਹੈ ਤੇ ਅੰਨੀ ਪੀਸੀ ਜਾਂਦੀ ਹੈ ਇਹ ਹਾਲ ਸਾਡੇ ਭਾਰਤ ਮਹਾਨ ਦੀ ਬਣੀ ਵੀ ਹੈ ਮੈਂ ਕੱਲੀ ਸਟੇਟ ਨੂੰ ਨਹੀਂ ਪੰਜਾਬ ਨੂੰ ਨਹੀਂ ਕਹਿੰਦਾ ਸਾਰੇ ਭਾਰਤ ਦੀ ਹਾਲਤੀ ਇਹ ਬਣੀ ਪਈ ਹੈ ਕਿਤੇ ਕਿਸੇ ਨੂੰ ਕੋਈ ਖੜੀ ਸੀ ਫਿਰਦਾ ਕਿਸੇ ਨੂੰ ਕੋਈ ਖਿੱਚੀ ਫਿਰਦਾ ਹੈ ਆਪਾਂ ਗੱਲ ਕਰ ਲਈਏ ਤੇਰੀ ਯੂਪੀ ਦੀ ਉੱਥੇ ਜੇ ਅਲਾਹਾਬਾਦ ਵਰਗੇ ਸ਼ਹਿਰ ਦੇ ਵਿੱਚ ਪੁਲਿਸ ਦੀ ਕਸਟਡੀ ਦੇ ਵਿੱਚ ਸ਼ਰੇਆਮ ਗੈਂਗਸਟਰਾਂ ਆ ਕੇ ਗੋਲੀਆਂ ਮਾਰ ਦਿੰਦੇ ਆ ਬੰਦੇ ਨੂੰ ਮਾਰੀ ਜਾਂਦੇ ਤੇ ਸਾਡੀ ਸਰਕਾਰ ਕੀ ਕਰਦੀ ਹੈ ਕਹਿੰਦੇ ਜੀ ਡਿਊਟੀ ਦੇ ਵਿੱਚ ਕੁਤਾਹੀ ਤੇ ਪੰਜ ਏਠਲੇ ਜਿਹੜੇ ਕਰਮਚਾਰੀ ਐ ਪੁਲਿਸ ਕਰਮਚਾਰੀ ਉਹਨਾਂ ਨੂੰ ਸਸਪੈਂਡ ਕਰਤਾ ਇੱਕ ਕਹਿੰਦੇ ਐਸਓ ਐ ਜਿਹੜਾ ਜਿਹਨੂੰ ਆਪਾਂ ਸੱਚੋ ਕਹਿ ਦਿੰਦੇ ਆ ਵੱਡਾ ਮੁਖੀ ਉਹਨੂੰ ਕਰਤਾ ਸਰਕਲ ਅਫੀਸਰ ਦੋ ਸਬ ਇੰਸਪੈਕਟਰ ਕਰਤੇ ਦੋ ਸਪਾਹੀ ਕਰਤੇ ਪੰਜ ਬੰਦੇ ਨੂੰ ਸਸਪੈਂਡ ਕਰਕੇ ਮਤਲਬ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਬੋਝ ਮੁਕਤ ਹੋ ਗਈ ਹੈ ਸਰਕਾਰ ਤੇ ਉਹਨਾਂ ਨੂੰ 20 ਦਿਨਾਂ ਨੂੰ ਬਹਾਲ ਕਰਕੇ ਫੇਰ ਲਾ ਦੇਣਗੇ ਗੱਲ ਜਿਹੜੇ ਜਿਹੜੇ ਬੰਦੇ ਮਰ ਗਏ ਸੋ ਮਰ ਗਏ ਇਹ ਜਿਹੜੀ ਗੱਲ ਗਈ ਸੋ ਗਈ ਇਹ ਤਾਂ ਮਤਲਬ ਕੁੱਲ ਮਿਲਾ ਕੇ ਉਹੀ ਕਹਿ ਸਕਦੇ ਆਪਾਂ ਵੀ ਬੁੱਢੜੀ ਮਰ ਗਈ ਕੀ ਕੀ ਜਾਏ ਰਹੇ ਤੀਨ ਕੇ ਤੀਨ ਇਹ ਤੀਨ ਕੇ ਤੀਨ ਹੀ ਹੈ ਜੀ ਦਾਗੀ ਵਿਧਾਇਕਾਂ ਦੀ ਸੁਣਵਾਈ ਤੋਂ ਹਾਈ ਕੋਰਟ ਜੱਜ ਐਚ ਐਸ ਬਰਾੜ ਹੋਰਾਂ ਨੇ ਖੁਦ ਨੂੰ ਅਲੱਗ ਕਰ ਲਿਆ ਜੀ ਇਹ ਕੀ ਆ ਪੂਰਾ ਮਾਮਲਾ ਅਸਲ ਦੇ ਵਿੱਚ ਦਾਗੀ ਵਿਧਾਇਕਾਂ ਦੀ ਪ੍ਰੋਬਲਮ ਬਹੁਤ ਵੱਡੀ ਹੈ ਜੀ ਐਸ ਵੀ ਜੀ ਆਪਾਂ ਦੇਖੀਏ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਸਾਡੇ ਚੁਣੇ ਹੋਏ ਮਾਣਯੋਗ ਸੰਸਦ ਸਦਸੇ ਜੀ ਮਤਲਬ ਲੋਕ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਦੀ ਆਪਾਂ ਦੇਖੀਏ ਤੇ ਉਹਨਾਂ ਦੇ ਉੱਤੇ ਮੁਕਦਮੇ ਬਣੇ ਹੋਏ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਕਦਮੇ ਬਣੇ ਹੋਏ ਆ ਜੀ ਲੇਟੈਸਟ ਜਿਹੜੀ ਇਨਫਾਰਮੇਸ਼ਨ ਆਪਣੇ ਕੋਲੇ ਹੈਗੀ ਆ ਉਹਦੇ ਵਿੱਚ ਇਹ ਹੈ ਕਿ 1765 MP ਹੈ ਜੀ 1765 MP ਮੌਜੂਦਾ ਤੇ ਸਾਬਕਾ ਜਿਹੜੇ ਰਹੇ ਵੀ ਐ ਜਾਂ ਜਿਹੜੇ ਹੈਗੇ ਐ ਠੀਕ ਹੈ ਜੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਕੇਸ ਚੱਲਦਾ ਹੈ ਤੇ ਜੇ ਐਮ ਐਲ ਏ ਸਹਿਬਾਂ ਦੀ ਗੱਲ ਕਰ ਲਈਏ ਤੇ 3045 ਐਮ ਐਲ ਏ ਆ ਭਾਰਤ ਵਰਸ ਦੇ ਵਿੱਚ ਜਿਨ੍ਹਾਂ ਦੇ ਉੱਤੇ ਮੁਕੱਦਮੇ ਚੱਲਦੇ ਆ ਉਹ ਮੌਜੂਦਾ ਵੀ ਐ ਤੇ ਉਹ ਸਾਬਕਾ ਵੀ ਐ ਇਹ ਅਸਲ ਦੇ ਵਿੱਚ ਹੋਇਆ ਕੀ ਸੀ ਕਿ ਕੋਈ ਪਟੀਸ਼ਨ ਪਾਈ ਸੀ ਕਿਸੇ ਬੰਦੇ ਨੇ ਕੋਈ ਪਟੀਸ਼ਨ ਚੱਲੀ ਸੀਗੀ ਦਾਗੀਆਂ ਬਾਰੇ ਕਿ ਜੀ ਇਹ ਤਾਂ ਸਾਡੀ ਪਾਰਲੀਮੈਂਟ ਦੇ ਵਿੱਚ ਹੀ ਅਪਰਾਧੀ ਆ ਗਏ ਜੀ ਤੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਚਲੋ ਠੀਕਾ ਪੈਦਾ ਕੁਛ ਕਰਦੇ ਆਂ ਵੈਸੇ ਤੁਹਾਡੇ ਯਾਦ ਹੋਣਾ ਹੈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਸਾਹਿਬ ਜੀ ਉਦੋਂ ਨਰਿੰਦਰ ਮੋਦੀ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਪਾਰਲੀਮੈਂਟ ਨੂੰ ਸ਼ੁੱਧੀਕਰਨ ਕਰਦੇ ਆਂਗੇ ਪਾਰਲੀਮੈਂਟ ਦਾ ਜੀ ਪਾਰਲੀਮੈਂਟ ਦੇ ਵਿੱਚ ਦਾਗ ਹੀ ਨਹੀਂ ਰਹੂਗਾ ਕੋਈ ਜੀ ਅਪਰਾਧਿਕ ਪਸ਼ੋਕਣ ਵਾਲਾ ਬੰਦਾ ਨਹੀਂ ਰਹੂਗਾ ਜਿਹਦੇ ਤੇ ਮੁਕੱਦਮਾ ਚੱਲਦੇ ਹੋਏ ਸਭ ਕਹਿੰਦੇ ਸੀ ਖਤਮ ਕਰ ਦੇਣਗੇ ਜੀ ਕਹਿਨ ਨੂੰ ਤਾਂ ਕਹਿ ਦਿੰਦੇ ਮੇਰਾ ਖਿਆਲ ਹੈ ਵੀ ਉਦੋਂ ਬਾਅਦ ਵਾਅਦਾ ਹੋ ਗਿਆ ਘਟੇ ਨਹੀਂ ਸੁਪਰੀਮ ਕੋਰਟ ਨੇ ਫਿਰ ਇਹ ਗੱਲ ਕਰਤੀ ਸੀ ਕਿ ਜਿਹੜੇ ਐਮ ਐਲ ਏ ਤੇ ਐਮ ਮਾਨਜੋਗ ਜਿਹੜੇ ਹੈਗੇ ਜਿਹੜੇ ਮਾਨਜੋਗ ਹੈ ਮਾਨਜੋਗਾਂ ਦੇ ਖਿਲਾਫ ਜਿਹੜੇ ਮੁਕਦਮੇ ਚੱਲਦੇ ਵੀ ਤੇ ਲਮਕਾਈ ਜਾਂਦੇ ਹੈ ਪੈਸੇ ਵਾਲਾ ਬੰਦਾ ਪੋਲੀਟੀਕਲ ਕਨੈਕਸ਼ਨ ਵਾਲਾ ਬੰਦਾ ਉਹ ਆਪਣੇ ਮੁਕਦਮੇ ਨੂੰ ਜਿੰਨਾ ਮਰਜੀ ਲਮਕਾ ਦੇ ਜੀ ਜਿੰਨਾ ਕੋਈ ਕਹੇ ਆਰਜੀ ਪਾਤੀ ਕਹੇ ਆਰਜੀ ਪਾਤੀ ਉਹ ਕਰ ਕਰਕੇ ਆਪਦਾ ਚੱਲਦੇ ਰਹਿੰਦੇ ਜੀ ਬਹੁਤ ਘੱਟ ਮਾਮਲੇ ਚ ਆਪਾਂ ਦੇਖਿਆ ਜਦੋਂ ਰਾਜਸੀ ਬੰਦੇ ਕੈਦ ਹੁੰਦੇ ਆ ਉਦੋਂ ਤੱਕ ਉਹ ਲਮਕਾਈ ਜਾਂਦੇ ਲਮਕਾਈ ਜਾਂਦੇ ਜਾਂ ਤਾਂ ਗਵਾ ਮਰ ਜਾਂਦਾ ਜਾਂ ਮਰਵਾ ਦਿੱਤਾ ਜਾਂਦਾ ਹੈ ਯਾ ਮਤਲਬ ਫਿਰ ਉਹਨੂੰ ਬਿਨੋਵਰ ਕਰ ਲਿਆ ਜਾਂਦਾ ਪੈਸੇ ਤੇਲੇ ਦੇ ਕੇ ਗਵਾਹੀ ਮਕਰਾ ਲੈਂਦੀ ਐ ਤੇ ਉਹ ਦੋਸ਼ ਮੁਕਤ ਫਿਰ ਹੋ ਜਾਂਦੀ ਐ ਫਿਰ ਉਹ ਦੁੱਧ ਦੇ ਦੁੱਧ ਤੋਤੇ ਤੇ ਉਹ ਵਾਰ-ਵਾਰ ਚੋਣਾਂ ਲੜਦੇ ਜੀ ਵੈਸੇ ਪ੍ਰਬੰਧ ਕੀਤਾ ਹੋਇਆ ਕਾਨੂੰਨ ਦੇ ਵਿੱਚ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਕਾਨੂੰਨ ਐ ਉਹਦੇ ਵਿੱਚ ਐ ਕਿ ਜੇ ਕਿਸੇ ਬੰਦੇ ਨੂੰ ਸਜ਼ਾ ਹੋ ਜੇ ਜਿੰਨੀ ਉਹਨੂੰ ਸਜ਼ਾ ਹੋਗੀ ਪਲੱਸ 6 ਸਾਲ ਉਹ ਝੋੜ ਜੋੜ ਦਿਓ ਜੀ ਉਹ ਬੰਦਾ ਓਨੀ ਦੇਰ ਤੱਕ ਮੁੜ ਕੇ ਦੁਬਾਰਾ ਚੋਣ ਨਹੀਂ ਲੜ ਸਕਦਾ ਜੇ ਉਹਦੀ ਸਜ਼ਾ ਸਸਪੈਂਡ ਨਹੀਂ ਹੋਈ ਸਜ਼ਾ ਦੀ ਬਰਕਰਾਰ ਹੈਗੀ ਜੀ ਇਹ ਫਿਰ ਸੁਪਰੀਮ ਕੋਰਟ ਨੇ ਕਹਤਾ ਸੀ ਜੀ ਇਹਨਾਂ ਦਾ ਹੁਣ ਆਪਾਂ ਕਰੀਏ ਕੋਈ ਨਾ ਕੋਈ ਹਸਾਬ ਕਿਤਾਬ ਇਹਨਾਂ ਨੂੰ ਸਾਫ਼ ਕਰੀਏ ਪਾਰਲੀਮੈਂਟਾਂ ਨੂੰ ਉਦੋਂ ਉਹਨਾਂ ਨੇ ਕਹਤਾ ਸੀ ਜੀ ਇੱਕ ਨਵੀਆਂ ਅਦਾਲਤਾਂ ਬਣਾਓ ਜੀ ਉਹਨਾਂ ਅਦਾਲਤਾਂ ਦੇ ਵਿੱਚ ਹੋਰ ਕੋਈ ਕੇਸ ਹੀ ਨਾ ਹੋਵੇ ਕੇਸ ਹੀ ਐਮਪੀਆਂ ਤੇ ਐਮਐਲਏ ਦੇ ਹੋ ਜੀ ਤਾਂ ਕਿ ਤੇਜ਼ੀ ਨਾਲ ਕੇਸਾਂ ਦਾ ਨਿਪਟਾਰਾ ਹੁੰਦਾ ਰਹੇ ਅਦਾਲਤਾਂ ਬਣ ਗਈਆਂ ਜੀ ਉਹ ਕੇਸ ਚੱਲੀ ਜਾਂਦੇ ਪਰ ਬੜੇ ਬੜੀ ਉਹ ਦੇਖਿਆ ਸੁਪਰੀਮ ਕੋਰਟ ਵੀ ਉਹਦਾ ਨੋਟਿਸ ਲੈਂਦੀ ਹੈ ਹਾਈ ਕੋਰਟਾਂ ਵੀ ਨੋਟਿਸ ਲੈਂਦੀਆਂ ਕਿ ਕੇਸ ਤਾਂ ਚੱਲੀ ਜਾਂਦੇ ਪਰ ਕੇਸਾਂ ਦਾ ਨਿਪਟਾਰਾ ਨਹੀਂ ਹੁੰਦਾ ਜੀ ਕੇਸ ਲੰਮਕਦੇ ਰਹਿੰਦੇ ਆ ਕਾਫੀ ਪੈਂਡੈਂਸੀ ਰਹਿੰਦੀ ਐ ਪੈਂਡਿੰਗ ਪਏ ਰਹਿੰਦੇ ਆ ਉਹਦੇ ਤੇ ਫਿਰ ਗਾਹੇ ਵਗਾਹੇ ਕਦੇ ਸੁਪਰੀਮ ਕੋਰਟ ਹੁਕਮ ਕਰ ਦਿੰਦੀ ਐ ਕਦੇ ਹਾਈ ਕੋਰਟ ਹੁਕਮ ਕਰ ਦਿੰਦੀ ਐ ਲਓ ਭਾਈ ਆਪਾਂ ਇਹਦੇ ਵਿਚਾਰ ਕਰੀ ਜੀ ਇਹ ਹੁਣ ਵੀ ਐ ਪੰਜਾਬ ਤੇ ਹਰਿਆਣਾ ਦੋ ਸੂਬੇ ਆ ਸਾਡੇ ਦੋਨਾਂ ਸੂਬਿਆਂ ਦੀ ਇੱਕੋ ਹਾਈ ਕੋਰਟ ਐ ਜੀ ਉਸ ਹਾਈ ਕੋਰਟ ਦੇ ਵਿੱਚ ਪਿਛਲੇ ਦਿਨਾਂ 'ਚ ਇਹ ਵੀ ਗੱਲ ਆ ਗਈ ਸੀ ਕਿ ਦੋਨੇ ਡੀਜੀਪੀ ਤਲਬ ਕਰਲੇ ਸੀ ਜੀ ਪੰਜਾਬ ਦਾ ਵੀ ਕਰ ਲਿਆ ਸੀ ਔਰ ਹਰਿਆਣੇ ਵਾਲਾ ਵੀ ਕਰ ਲਿਆ ਸੀ ਆਓ ਭਾਈ ਆ ਕਿ ਨਿੱਜੀ ਤੌਰ ਤੇ ਤੁਸੀਂ ਦੱਸੋ ਕਿ ਤੁਸੀਂ ਤੁਹਾਡੀਆਂ ਇਹ ਤਪਤੀਸ਼ਾਂ ਲੰਮਕੀ ਕਿਉਂ ਜਾਂਦੀਆਂ ਜੀ ਮੁਕਦਮੇ ਤੁਹਾਡੇ ਜਿਹੜੇ ਹੈਗੇ ਐ ਪ੍ਰੋਗਰੈਸ ਕਿਉਂ ਨਹੀਂ ਹੁੰਦੀ ਤੁਸੀਂ ਦਵਾ ਦਵ ਚਲਾਨ ਕਿਉਂ ਨਹੀਂ ਪੇਸ਼ ਕਰਦੇ ਅਦਾਲਤਾਂ ਆਪਣਾ ਕੰਮ ਕਰਨ ਉਹ ਮਾਮਲਾ ਅਜੇ ਲੰਮਕੀ ਜਾਂਦਾ ਸੀ ਤੇ ਕੱਲ ਫੇਰ ਮਤਲਬ ਮਾਮਲਾ ਆ ਗਿਆ ਜੀ ਉਹਦੇ ਚ ਸ਼ਾਇਦ ਕੋਈ ਵੱਡਾ ਬੰਦਾ ਆ ਗਿਆ ਹੋਵੇ ਜਿਹਦੇ ਨਾਲ ਕਈ ਵਾਰੀ ਬੰਦਿਆਂ ਦੇ ਲਿੰਕ ਹੁੰਦੇ ਆ ਕੋਈ ਕਿਉਂਕਿ ਜੱਜ ਸਹਿਬਾਨ ਵੀ ਤਾਂ ਵਕੀਲਾਂ ਤੋਂ ਬਣਦੇ ਨਾ ਜੀ ਕੋਈ ਕਿਸੇ ਦਾ ਵਕੀਲ ਰਿਹਾ ਹੁੰਦਾ ਹੈ ਜਾਂ ਕੋਈ ਰਿਸ਼ਤੇਦਾਰੀ ਆ ਜਾਂਦੀ ਹੈ ਜਾਂ ਕਿਸੇ ਨੇ ਕੋਈ ਭਰਤੀ ਕਰਵਾਉਣ ਚ ਮਦਦ ਕੀਤੀ ਹੁੰਦੀ ਹੈ ਜੀ ਕਿਤੇ ਨਾ ਕਿਤੇ ਜਸਤਸ ਸਚਸ ਬਰਾਦ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਜੀ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਵੀ ਪੰਜਾਬ ਤੇ ਹਰਿਆਣੇ ਦੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਜਿਹੜੇ ਉਹ ਵੀ ਇਹਦੇ ਚ ਭੁਗਤ ਰਹੇ ਹੈ ਇਹਦੇ ਚ ਆਪਾਂ ਜੇ ਹੁਣ ਕਰੀਏ ਮੋਟੀ ਮੋਟੀ ਜੀ ਗੱਲ ਜੀ ਤਾਂ ਉਹ ਕਹਿੰਦੇ ਆ ਜੀ ਮਤਲਬ 99 ਕੇਸ ਪੰਜਾਬ ਦੇ ਵਿੱਚ ਅਜੇ ਤੱਕ ਵਿਚਾਰ ਅਧੀਨ ਹੈ ਤੇ 42 ਕੇਸਾਂ ਦੀ ਜਿਹੜੀ ਹੈਗੀ ਹੈ ਜਾਂਚ ਚੱਲ ਰਹੀ ਹੈ ਕੁਝ ਜਾਂ ਮਕਮਲ ਹੋ ਗਈ ਤੇ ਕੁਝ ਜਾਂਚ ਚੱਲ ਰਹੀ ਹੈ ਜੀ ਜਿਹੜੇ ਲੋਕ ਇਹ ਇਨ ਮਾਮਲੇ ਇਨਵੋਲਵ ਹੈ ਉਹ ਨਾ ਬੜੇ ਬੜੇ ਵੱਡੇ ਹੈ ਜੀ ਮਿਸਾਲ ਦੇ ਤੌਰ ਤੇ ਜੇ ਆਪਾਂ ਪੰਜਾਬ ਦੇ ਵਿੱਚ ਦੇਖੀ ਤੇ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਹਨਾਂ ਦੇ ਖਿਲਾਫ ਮੁਕਦਮੇ ਚੱਲ ਰਹੇ ਤੇ ਮੁਕਦਮੇ ਵੀ ਬੜੇ ਖਤਰਨਾਕ ਹੈ ਮੁਕਦਮੇ ਜਿਹੜੇ ਚੱਲ ਰਹੇ ਹੈ ਚਲੋ ਸੁਖਵੀਰ ਸਿੰਘ ਬਾਦਲ ਹੋਰਾਂ ਤੱਕ ਕਈ ਉਹ ਮੁਕਦਮੇ ਵੀ ਹੈਗੇ ਹਨ ਵੀ ਜਿਵੇਂ ਤੁਸੀਂ ਕਿਤੇ ਰਸਤਾ ਰੋਕ ਲਿਆ ਜੀ ਕਿਤੇ ਕੋਈ ਬੰਦ ਕਰਤਾ ਉਹ ਬੰਦਕ ਵਗੈਰਾ ਕਰਨ ਦੇ ਮਾਮਲੇ ਦੇ ਵਿੱਚ ਜਿਹੜੇ ਉਹ ਆ ਜਾਂਦੇ ਹੈ ਜੀ ਲੇਕਿਨ ਇਹ ਨਾਲ ਇੱਕ ਬੜਾ ਖਤਰਨਾਕ ਹੈ ਜਿਹੜਾ ਦੇਸ਼ ਦੀ ਅਮਨ ਕਾਨੂੰਨ ਦੀ ਹਾਲਤ ਵਾਸਤੇ ਵੀ ਬਹੁਤ ਭਿਆਨਕਤਾ ਵਾਲੀ ਸਥਿਤੀ 'ਚ ਪਹੁੰਚਿਆ ਹੋਇਆ ਹੈ ਜੀ ਉਹ ਹੈਗਾ ਜਿਵੇਂ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਘਟਰਾਵਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਹੋਏ ਮਾਮਲੇ ਜਿਵੇਂ ਬੇਅਦਬੀ ਦੀ ਜੇ ਅਪਾ ਗੱਲ ਕਰੀਏ ਤਾਂ ਬੇਅਦਬੀ 1 ਜੂਨ 2015 ਨੂੰ ਸ਼ੁਰੂ ਹੁੰਦੀ ਹੈ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਹੈਗੀ ਇਹ ਕਾਰਵਾਈ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਨ ਵਾਲਿਆਂ ਨੇ ਪੋਸਟਰ ਲਾਇਆ ਕਿ ਸਾਡੇ ਕਬਜ਼ੇ ਚੋਂ ਦੂਜਾ ਪੜਾ ਆ ਗਿਆ ਤੀਜਾ ਪੜਾ ਆ ਗਿਆ ਜਿੱਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੈ ਜਾਂ ਜਿਹੜੇ ਪੱਤਰੇ ਹੈ ਉਹ ਪੰਨੇ ਪਾੜ ਕੇ ਬਰਗਾੜੀ ਦੀਆਂ ਗਲੀਆਂ ਚ ਛੁੱਟੇ ਜਾਂਦੇ ਇਹ ਤਾਂ ਆ ਕੇ ਬੇਅਦਬੀ ਦੇ ਕੇਸ ਉਸ ਤੋਂ ਬਾਅਦ ਫਿਰ ਜਿਹੜੇ ਜਿਹੜੇ ਹੈਗੇ ਸਿੱਖਾਂ ਨੇ ਜਦੋਂ ਪ੍ਰੋਟੈਸਟ ਕੀਤਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੋਟ ਪੂਰੇ ਜਾ ਕੇ ਬੈਠੇ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਉਹ ਕਿਹਦੇ ਹੁਕਮ ਤੇ ਲਾਠੀ ਚਾਰਜ ਹੋਇਆ ਇੱਕ ਤਾਂ ਇਹ ਮੁਕੱਦਮਾ ਚੱਲ ਰਿਹਾ ਹੈ ਸੁਖਵੀਰ ਸਿੰਘ ਬਾਦਲੂ ਰਾਤੇ ਪ੍ਰਕਾਸ਼ ਸਿੰਘ ਬਾਦਲ ਹੋ ਰਹੇ ਨੇ ਜਿਹੜੀ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਤਿਆਰ ਹੋ ਚੁੱਕੀ ਹੈ ਜੀ ਦੂਜੇ ਮਾਮਲੇ 'ਚ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ ਹੈ ਜੀ ਉਹ ਹੈ ਬਹਿਬਲ ਕਲਾਂ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਸੀ ਤੇ ਦੋ ਬੰਦੇ ਉਹਦੇ 'ਚ ਮਾਰੇ ਗਏ ਉਸ 'ਤੇ ਨਾਮਜ਼ਦ ਕੀਤਾ ਹੈ ਹਾਲੇ ਤੱਕ ਉਹ ਤਫ਼ਤੀਸ਼ ਜਿਹੜੀ ਹੈ ਮੁਕੰਮਲ ਨਹੀਂ ਹੋਈ ਜੀ ਉਹ ਤਫ਼ਤੀਸ਼ ਪੈਂਡਿੰਗ ਪਈ ਹੈ ਇੱਕ ਤਾਂ ਇਹ ਹੋ ਗਿਆ ਇਸੇ ਤਰੀਕੇ ਆਪਾਂ ਦੇਖੀ ਜੀ ਅੱਗੇ ਫਿਰ ਹਰਿਆਣੇ 'ਚ ਗਵਾਂਡੀ ਸੂਬਾ ਜੀ ਉੱਥੇ ਚਟਾਲਾ ਪਰਿਵਾਰ ਜੇ ਟਾਲਾ ਪਰਿਵਾਰ ਦੇ ਵਿੱਚੋਂ ਓਮਪ੍ਰਕਾਸ਼ ਚੁਟਾਲਾ ਨੂੰ ਤਾਂ ਸਜ਼ਾ ਵੀ ਹੋ ਚੁੱਕੀ ਹੈ। ਜੀ। ਇੱਕ ਭਾਰਤੀ ਚ ਅਜੇ ਹੋਰ ਕੇਸ ਵੀ ਚੱਲੀ ਜਾਂਦੇ ਆ। ਅ ਕਈ ਸਾਰੇ ਕੇਸਾਂ ਦੇ ਵਿੱਚੋਂ ਬਰੀ ਵੀ ਕਰਤਾ ਲੇਕਿਨ ਕੁਝ ਪੈਂਡਿੰਗ ਵੀ ਪਏ ਆ। ਜੀ। ਓਮਪ੍ਰਕਾਸ਼ ਚੁਟਾਲਾ ਹੋ ਗਿਆ ਓਮਪ੍ਰਕਾਸ਼ ਚੁਟਾਲੇ ਦਾ ਬੇਟਾ ਜਿਹੜਾ ਹੈਗਾ ਅਜੇ ਸਿੰਘ ਚੁਟਾਲਾ ਉਹ ਹੋ ਗਿਆ। ਉਹਨਾਂ ਦਾ ਨਾਂ ਵੀ ਇਹਦੇ ਵਿੱਚ ਆਉਂਦਾ ਹੈ। ਅਗਾਜ ਜੇ ਅਸੀਂ ਦੇਖੀ ਤੇ ਫਿਰ ਨੈਸ਼ਨਲ ਪੱਧਰ ਦੇ ਉੱਤੇ ਸ਼ਸ਼ੀ ਥਰੂਰ ਦਾ ਨਾਮ ਆਉਂਦਾ ਹੈ। ਜੀ। ਸ਼ਸ਼ੀ ਥਰੂਰ ਕੇਰਲਾ ਤੋਂ ਪਾਰਲੀਮੈਂਟ ਦੇ ਮੈਂਬਰ ਆ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੇ ਮੈਂਬਰ ਹੈ। ਜੀ ਉਹਨਾਂ ਦੀ ਫਰੈਂਡ ਹੁੰਦੀ ਸੀ ਜਿਹਦੇ ਨਾਲ ਉਹਨਾਂ ਨੇ ਵਿਆਹ ਕਰਵਾ ਲਿਆ ਸੀ ਉਹਦਾ ਨਾਮ ਹੈ ਸੁਨੰਦਾ ਪੁਸ਼ਕਰ ਜੀ ਸੁਨੰਦਾ ਪੁਸ਼ਕਰ ਦਾ ਕੇਸ ਵੀ ਉਹਨਾਂ ਦੇ ਖਿਲਾਫ ਸੀ ਉਹਦੀ ਡੈਥ ਹੋ ਗਈ ਸੀ ਪੇਤ ਪਰ ਹਾਲਾਤਾਂ ਦੇ ਵਿੱਚ ਉਹ ਕੇਸ ਉਹਨਾਂ ਤੇ ਬਣਿਆ ਸੀ ਇਸੇ ਤਰੀਕੇ ਆਪਾਂ ਦੇਖੀ ਤੇ ਇੱਕ ਭੁਪਿੰਦਰ ਸਿੰਘ ਹੁੱਡਾ ਹੈ ਸਾਬਕਾ ਮੁੱਖ ਮੰਤਰੀ ਹੈ ਉਹ ਵੀ ਹਰਿਆਣੇ ਦੇ ਜੀ ਭੁਪਿੰਦਰ ਸਿੰਘ ਹੁੱਡਾ ਤੇ ਵੀ ਕੇਸ ਚੱਲੀ ਜਾਂਦੀ ਹੈ ਉਹਨਾਂ ਦੇ ਵਿੱਚ ਇੱਕ ਤਾਂ ਉਹ ਜਿਹੜਾ ਹੈਗਾ ਨੈਸ਼ਨਲ ਹੈਲਡ ਅਖਬਾਰਾ ਜੀ ਉਹਨੂੰ ਪਲਾਟ ਪਲੂਟ ਦੇਣ ਦੇ ਮਾਮਲੇ ਦੇ ਵਿੱਚ ਉਹ ਕੇਸ ਹੈ ਇੱਕ ਕੇਸ ਹੋਰ ਹੈ ਕਿ ਭੁਪਿੰਦਰ ਸਿੰਘ ਹੁੱਡਾ ਨੇ ਕੋਈ ਜਗਾ ਜਿਹੜੀ ਹੈਗੀ ਹੈ ਉਹ ਪ੍ਰਿੰਕਾ ਗਾਂਧੀ ਵਾਡਰਾ ਜੀ ਦਾ ਹਸਬੰਡਾ ਰਾਬਰਟ ਵਾਡਰਾ ਜੀ ਉਹਨੂੰ ਕੋਈ ਪਲਾਟ ਵਗੈਰਾ ਦਿੱਤੇ ਸੀਗੇ ਜੀ ਉਹਦੇ ਵਿੱਚ ਉਹ ਰਾਬਰਟ ਵਾਡਰਾ ਦੇ ਵੀ ਆਲੇ ਉਸ ਮਾਮਲੇ ਦੇ ਵਿੱਚ ਵੀ ਉਹਦੇ ਤੇ ਕੇਸ ਚੱਲਦਾ ਹੈ ਜੀ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤੇ ਕੇਸ ਕਾਫੀ ਸਾਰੇ ਚੱਲੇ ਜਿਹੜੇ ਮਾਣਯੋਗ ਲੋਕ ਹੈ ਜੀ ਇਹ ਮਾਣਯੋਗ ਲੋਕਾਂ ਦੀ ਹਾਲਤ ਹੈ ਤੇ ਜੇ ਮਾਣਯੋਗ ਲੋਕ ਉੱਥੋਂ ਤੱਕ ਜੇ ਮਤਲਬ ਸਾਡੇ ਜਿੱਥੇ ਮਾਣਯੋਗ ਲੋਕ ਬੰਦੇ ਹੈ ਜੀ ਉੱਥੇ ਅਪਰਾਧੀ ਬਿਰਤੀ ਵਾਲੇ ਲੋਕ ਚਲੇ ਜਾਣਗੇ ਉੱਥੇ ਜਾ ਕੇ ਬੈਠ ਜਾਣਗੇ ਜੀ ਤੇ ਫਿਰ ਦੇਸ਼ਤਾ ਤੇ ਪੰਜਾਬ ਦਾ ਹੋਊਗਾ ਹਾਲ ਕੀ ਹੈ ਉਹ ਜਿਹੜਾ ਹੋ ਰਿਹਾ ਹੈ ਪਰ ਦੇਖ ਰਹੇ ਹਾਂ ਜੀ ਮੁਕਲ رائے ਦੀ ਗੁੰਮਸ਼ੁਦਗੀ ਤੇ ਪ੍ਰਤੱਖ ਹੋਣ ਦਾ ਕੀ ਹੈ ਜੀ ਗੁਰਕਤੰਦਾਰ ਢਿੱਲੋਂ ਸਾਹਿਬ ਜਿਹੜਾ ਮੁਕਲ رائے ਹੈ ਨਾ ਜੀ ਇਹ ਮੁਕਲ رائے ਬੰਗਾਲ ਦਾ ਬਸਤੀਕ ਹੈ ਜੀ ਤੁਹਾਡੇ ਯਾਦ ਹੋਣਾ ਇੱਕ ਬਹੁਤ ਚਰਚਿਤ ਮਾਮਲਾ ਚੱਲਦਾ ਹੁੰਦਾ ਸੀ ਬੰਗਾਲ ਦਾ ਚਿੱਟ ਫੰਡ ਕੰਪਨੀਆਂ ਜੀ ਜਿਹੜੇ ਫੰਡ ਕੰਪਨੀਆਂ ਦੇ ਰਾਹੀਂ ਲੋਕਾਂ ਤੋਂ ਪੈਸੇ ਲਈ ਜਾਂਦੇ ਜਿਵੇਂ ਆਪਣੇ ਇਥੇ ਪਰਲ ਵਾਲੇ ਵੀ ਲੈਂਦੇ ਹੁੰਦੇ ਸੀ ਜੀ ਉਹ ਪੈਸੇ ਲੈਂਦੇ ਵੀ ਥੋੜੇ ਜਿਹੀ ਕੋਈ ਤਾਂ ਕਹਿੰਦਾ ਤੁਹਾਨੂੰ ਜ਼ਮੀਨਾਂ ਦੇ ਦਿਆਂਗੇ ਕੋਈ ਕਹਿੰਦਾ ਤੁਹਾਡੇ ਦੁੱਗਣੇ ਤਿਗਣੇ 4 ਗੁਣੇ 5 ਗੁਣੇ ਪੈਸੇ ਕਰਦੇ ਆਂਗੇ ਜੀ ਗਰੀਬ ਬੰਦੇ ਜਿਹੜੇ ਹੈਗੇ ਆ ਜਿਹੜੇ ਟੁੱਟੇ ਹੋਏ ਲੋਕ ਆ ਜ਼ਿਆਦਾਤਰ ਉਹ ਲੋਕ ਇਹਨਾਂ ਦੇ ਵਿੱਚ ਆਪਣਾ ਪੈਸਾ ਲਾਉਂਦੇ ਆ ਇਨਵੈਸਟ ਕਰ ਦਈਏ ਜੀ ਉਹਨਾਂ ਦੇ ਪੈਸੇ ਫਿਰ ਮੁੜਦੇ ਨਹੀਂ ਹੁੰਦੇ ਉਹ ਜਮ੍ਹਾਂ ਕਰਵਾਈ ਜਾਂਦੇ ਆ ਤੇ ਮੁੜ ਕੇ ਜਿਹੜੇ ਜਮ੍ਹਾਂ ਕਰਵਾਉਣ ਵਾਲੇ ਏਜੰਟ ਵਗੈਰਾ ਹੈ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕੱਢ ਘੁੱਟ ਦਿੰਦੇ ਜਾਂ ਰਾਇ ਜਾਣਗੇ ਤਾਂ ਕੀ ਕਰ ਦੇਣਗੇ ਤੇ ਵੱਡੇ ਲੋਕ ਜਿਹੜੇ ਹੈਗੇ ਆ ਉਹ ਇਹ ਮਾਮਲਾ ਚਬ ਲੈਂਦੇ ਆ ਜੀ ਪੰਜਾਬ ਦੇ ਵਿੱਚ ਇੱਕ ਸਾਬਕਾ ਐਮ ਐਲ ਏ ਹੈਗੇ ਉਹਨਾਂ ਦੇ ਵੀ ਇਹੋ ਜਿਹਾ ਕਾਰੋਬਾਰ ਹੈ ਲੇਕਿਨ ਉਹ ਕਈ ਕਈ ਇਹਨਾਂ ਦੇ ਵਿੱਚ ਲੋਕ ਇਹੋ ਜਿਹੇ ਹੁੰਦੇ ਜਿਹੜੇ ਬੜੇ ਤੇਜ਼ ਤਰਾਰ ਹੁੰਦੇ ਜੀ ਅਮਲੀ ਤੌਰ ਤੇ ਸਾਰੇ ਕਾਰੋਬਾਰ ਦੇ ਮਾਲਕ ਉਹ ਆਪ ਹੁੰਦੇ ਆ ਜੀ ਲੇਕਿਨ ਕਾਗਜ਼ਾਂ ਪੱਤਰਾਂ 'ਚ ਉਹ ਆਪ ਦਾ ਨਾਂ ਨਹੀਂ ਆਉਂਦੀ ਜੀ ਕਾਗਜ਼ਾਂ ਪੱਤਰਾਂ 'ਚ ਜਿਹੜੀਆਂ ਕੰਪਨੀਆਂ ਬਣਦੀਆਂ ਮਤਲਬ ਆਪ ਤੇ ਰਿਸ਼ਤੇ ਰੁਸਤੇਦਾਰ ਇਧਰ ਉਧਰ ਹੋਣੇ ਲੇ ਹਿੱਤੇ ਲੇ ਬਲਕੇ ਉਹਨਾਂ ਦੇ ਨਾਂ ਆ ਪਾ ਦਿੰ ਕੰਟਰੋਲ ਆ ਆਪਣੇ ਕੋਲੇ ਹੁੰਦਾ ਹੈ ਜੀ ਤੇ ਜਦੋਂ ਠੱਗੀਆਂ ਵੱਜ ਜਾਂਦੀਆਂ ਫਿਰ ਲੋਕ ਕੌਣਦੇ ਆ ਪਿੱਟਦੇ ਆ ਮੁਜ਼ਾਰੇ ਕਰਦੇ ਆ ਜਲਸੇ ਜਲੂਸ ਕਰਦੇ ਆ ਰਿੱਟਾਂ ਪਾਉਂਦੇ ਆ ਕਹਿੰਦੇ ਜੀ ਮੇਰਾ ਤਾਂ ਕੋਈ ਕਸੂਰ ਹੀ ਹੈ ਨਹੀਂ ਜੀ ਮੇਰਾ ਦੱਸੋ ਤੁਸੀਂ ਕੀ ਕਰੋਗੇ ਮੇਰਾ ਤਾਂ ਕੋਈ ਕਸੂਰ ਨਹੀਂ ਪਾੜ ਲੋ ਬੰਦੇ ਕਿਥੇ ਜੀ ਤੇ ਬੰਦੇ ਵੀ ਬਹੁਤ ਵਾਰੀ ਜਿਹੜੇ ਦੇਖੇ ਆਪਾਂ ਉਹ ਬੰਦਿਆਂ ਦੀ ਹਾਲਤ ਇਹ ਹੁੰਦੀ ਹੈ ਕਿ ਬੰਦੇ ਡੁਪਲੀਕੇਟ ਹੀ ਹੁੰਦੇ ਜੀ ਮੈਂ ਇੱਕ ਕੇਸ ਦਾ ਤੁਹਾਨੂੰ ਹਵਾਲਾ ਦਿੰਨਾ ਚਾਹ ਰੂ ਹੇ ਤਾਂ ਹੀਰਾ ਫੇਰੀਆਂ ਆ ਗਈਆਂ ਜਿਹੜੀਆਂ ਆਰਥਿਕ ਹੀਰਾ ਫੇਰ ਗਏ ਜੀ ਸਾਡੇ ਅਖਬਾਰਾਂ 'ਚ ਵੀ ਇਹ ਕੰਮ ਚੱਲੀ ਜਾਂਦਾ ਹੈ ਜੀ ਅਖਬਾਰਾਂ ਵਾਲੇ ਕਈ ਗਲਤ ਖਬਰ ਲਾ ਕੇ ਤੇ ਉੱਥੇ ਉਹ ਇੱਕ ਕਹਿ ਦਿੰਦੇ ਆ ਵੀ ਅਸੀਂ ਜਦੋਂ ਕੋਈ ਮਾਨਹਾਨੀ ਦਾ ਕੇਸ ਹੁੰਦਾ ਹੈ ਮਾਨਹਾਨੀ ਦੇ ਕੇਸ ਵੇਲੇ ਵੀ ਕੌਣ ਬੰਦਾ ਜਿਹੜਾ 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 ਮਾਲਕ ਹੈ ਜਾਂ ਕੀ ਚਾ ਉਹਦਾ ਨਾਂ ਪਾਉਂਦੇ ਵੀ ਅਖਬਾਰ ਉਹਦਾ ਹੈ ਉਹ ਮਾਲਕ ਜਿਹੜਾ ਹੈਗਾ ਉਹ ਕਾਗਜ਼ਾਂ ਪੱਤਰਾ ਉਂ ਮਾਲਕ ਹੈਗਾ ਉਹ ਕਹਿੰਦਾ ਮੈਂ ਤਾਂ ਜੀ ਇੰਪਲਾਈ ਐ ਇਹਨਾਂ ਦਾ ਜੀ ਪਰ ਉਹਦੇ ਚ ਕੀ ਕੀਤੇ ਆ ਕਿ ਜਿਹੜਾ ਐਡੀਟਰ ਹੈ ਐਡੀਟਰ ਦੇ ਨਾਂ ਦੇ ਉੱਤੇ ਕਿਸੇ ਦਾ ਹੋਰ ਬੰਦੇ ਦਾ ਨਾਂ ਪਾਉਂਦੇ ਜਿਹੜਾ ਬੰਦਾ ਹੁੰਦਾ ਹੀ ਨਹੀਂ ਜੀ ਉਹ ਕਹਿੰਦੇ ਜੀ ਬੰਦਾ ਤਾਂ ਉਸ ਹੀ ਮਾਨਹਾਨੀ ਦੇ ਕੇਸ ਦੇ ਵਿੱਚ ਤੁਰਾ ਫਿਰੇ ਉਹਦੇ ਵਿੱਚ ਬਣਦੇ ਹੀ ਕੱਖ ਨਹੀਂ ਇਹ ਹੀਰਾ ਫੇਰੀਆਂ ਜਿਹੜੀਆਂ ਕਾਗਜੀ ਪਤਰੀ ਹੀਰਾ ਫੇਰੀਆਂ ਜੀ ਜਾਂ ਜਿਹਨੂੰ ਆਪਾਂ ਕਹਿੰਦੇ ਆ ਵਾਈਟ ਕਲਰ ਜਿਹੜੀ ਹੈਗੀ ਹੈ 400 bc ਇਹ ਇਹ ਚਲਦੀ ਰਹਿੰਦੀ ਹੈ ਸੋ ਮੁਕਲ ਰਾਏ ਜਿਹੜਾ ਇਹ ਕੁਛ ਕਰਦੇ ਮੁਕਲ ਰਾਏ ਦਾ ਨਾਂ ਆ ਗਿਆ ਇਹ ਹਿਊਜੀਆਂ ਚਿਟਫੰਡ ਕੰਪਨੀਆਂ ਦੇ ਵਿੱਚ ਕਿ ਇਹ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ ਜੀ ਇਹ ਨਾਲ ਰਲਿਆ ਹੋਇਆ ਉਹਨਾਂ ਦੇ ਤੇ ਉਹਨਾਂ ਇਹ ਕਿਉਂਕਿ ਬੰਗਾਲ ਦੇ ਵਿੱਚ ਇਹ ਮਮਤਾ ਬੈਨਰਜੀ ਦੀ ਪਾਰਟੀ ਦਾ ਬੰਦਾ ਹੈ ਜੀ ਤੇ ਮਮਤਾ ਬੈਨਰਜੀ ਦੀ ਪਾਰਟੀ ਦੇ ਵਿੱਚ ਇਹ ਨੰਬਰ 2 ਹੁੰਦਾ ਸੀ ਜੀ ਇਹਦੇ ਮਗਰ ਜੀ सीबीआई ਵਾਲੇ ਪੈਗੇ ਫਿਰ ਨਾਲ ਈਡੀਆਈ ਵਾਲ ਪੈਗੇ ਵੀ ਭਾਈ ਦੱਸ ਤੂੰ ਤਾਂ ਹੈਰਾ ਫਿਰਿਆ ਕਰਦਾ ਤੈਨੂੰ ਤਾਂ ਟੰਗਾਗੇ ਸੀ ਜੀ ਇਹ ਫਿਰਦਾ ਫਰਾਉਂਦਾ ਰਿਹਾ ਜੀ ਅਖੀਰ ਇਹਦਾ ਇੰਨਾ ਸਕੰਜਾ ਕਸਤਾ ਉਹ ਕਹਿੰਦੇ ਜੀ ਗੱਲ ਇਹ ਆ ਵੀ ਥੋੜਾ ਖਿਹੜਾ ਛੁੱਟ ਸਕਦਾ ਹੈ ਮੁਖਲਰਾਏ ਜੀ ਤੁਹਾਨੂੰ ਇੱਕ ਕੰਮ ਕਰਨਾ ਪਊ ਜੀ ਕਹਿੰਦੇ ਕੀ ਕਹਿੰਦੇ ਜੀ ਇੱਕ ਗੰਗਾ ਚੱਲਦੀ ਹੈ ਜਿੱਲੀ ਜੀ ਜੇ ਤੁਸੀਂ ਗੰਗਾ ਨਹਾ ਲਓ ਜੀ ਤੇ ਤੁਹਾਡੀ ਸਾਰੇ ਜਿਹੜੇ ਦਾਗ ਦੂਗ ਲੱਗੇ ਤੁਹਾਡੇ ਸਾਰੇ ਸਾਫ ਹੋ ਜਾਣਗੇ ਜੀ ਉਹ ਕਹਿੰਦਾ ਗੰਗਾ ਤਾਂ ਇਧਰਲੇ ਪਾਸੇ ਹੈ ਗੰਗਾ ਦਿੱਲੀ ਕਿਵੇਂ ਹੈਗੀ ਗੰਗਾ ਤਾਂ ਜਮਨਾ ਤਾਂ ਹੈ ਜਲੀ ਉਹਦੇ ਉੱਥੇ ਗੰਗਾ ਵੀ ਹੈਗੀ ਇੱਕ ਜੀ ਉਹ ਗੰਗਾ ਜਿਹੜੀ ਹੈਗੀ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਚ ਆਏ ਬਸ ਉੱਥੇ ਕਹਿੰਦੇ ਥੋੜੇ ਸਪਰੇਅ ਕਰ ਦੇਣਗੇ ਗੰਗਾ ਜਲ ਦੀ ਜੇ ਤੁਸੀਂ ਉੱਥੇ ਜਾਉਗੇ ਤੇ ਆਓ ਤੇ ਜੁਆਇਨ ਕਰ ਲਓ ਤੇ ਉਹ ਬੰਦੇ ਨੇ ਫਿਰ ਮਮਤਾ ਬੇਨਰਜੀ ਦੀ ਪਾਰਟੀ ਸ਼ਰਤ ਸੀ ਤੇ ਇਹ ਜੁਆਇਨ ਕਰ ਲਈ ਤੇ ਉਦੋਂ ਬਾਅਦ ਰੇਡ ਹੀ ਨਹੀਂ ਹੋਈ ਜੀ ਸੀਬੀਆਈ ਈਡੀ ਨੇ ਸਾਰਾ ਕੁਝ ਖਤਮ ਕਰਤਾ ਬੰਦ ਵੀ ਤੇ ਬੰਦਾ ਤਾਂ ਥੁੱਟਾ ਹੋ ਗਿਆ ਜੀ ਤਾਂ ਗੰਗਾ ਜਲਦੀ ਸਪਰੇਅ ਹੋ ਗਈ ਇਹਦੇ ਤੇ ਇਹ ਬੰਦਾ ਸਾਫ਼ ਹੋ ਗਿਆ ਖੈਰ ਉਹ ਫਿਰਦਾ ਰਿਹਾ ਉਹਦੀ ਨੁਕਤਾਚੀਨੀ ਵੀ ਹੋਈ ਫਿਰ ਆਗਿਆ ਚੋਣਾ ਪਿੱਛੇ ਜਿਹੜੀਆਂ ਤੁਹਾਨੂੰ ਪਤਾ ਬੰਗਾਲ ਦੀਆਂ ਚੋਣਾਂ ਹੋਗੀਆਂ ਸੀ ਮੇਰੇ ਖਿਆਲ 2021 ਚ ਹੋਣਗੇ ਜੀ ਜੀ ਉਹਨਾਂ ਚੋਣਾਂ ਦੇ ਵਿੱਚ ਉਹ ਖੜਾ ਹੋ ਗਿਆ ਭਾਰਤੀ ਜਨਤਾ ਪਾਰਟੀ ਵਾਲੇ ਪਾਸੋਂ ਤੇ ਐਮ ਐਲ ਏ ਗਿਆ ਬਣ ਜੀ ਐਮ ਐਲ ਏ ਬਣ ਗਿਆ ਉਹਨੂੰ ਉਮੀਦ ਇਹ ਸੀ ਵੀ ਸ਼ਾਇਦ ਕੀ ਇਹ ਮੈਨੂੰ ਮੁੱਖ ਮੰਤਰੀ ਨਾ ਬਣਾ ਦੇਣ ਜੀ ਇੱਕ ਸ਼ਬਿੰਦੂ ਅਧਿਕਾਰੀ ਸੀ ਉਹ ਤੋਂ ਬਾਅਦ ਦੂਜੇ ਨੰਬਰ ਦਾ ਉਹ ਸੀ ਸ਼ਬਿੰਦੂ ਅਧਿਕਾਰੀ ਵੀ ਉੱਤਰ ਆ ਗਿਆ ਸੀ ਜੀ ਸ਼ਬਿੰਦੂ ਅਧਿਕਾਰੀ ਨੇ ਚੋਣ ਲੜੀ ਸੀ ਮਮਤਾ ਬੇਨਰਜੀ ਦੇ ਖਿਲਾਫ ਜੀ ਉਹਨੇ ਮਮਤਾ ਬੇਨਰਜੀ ਨੂੰ ਹਰਾਤਾ ਸੀ ਜੀ ਮਮਤਾ ਬੇਨਰਜੀ ਨੂੰ ਤਾਂ ਦੋ ਸੀਟਾਂ ਤੋਂ ਫਿਰ ਇੱਕ ਸੀਟ ਹੋਰ ਸੀ ਖਾਲੀ ਸੀ ਉਹਨੇ ਕਰਵਾਈ ਆ ਆਪਦੇ ਬੰਦੇ ਤੋਂ ਉੱਥੋਂ ਦੁਬਾਰਾ ਚੁਣ ਕੇ ਆਈ ਤੇ ਮੁੱਖ ਮੰਤਰੀ ਤਾਂ ਖੈਰ 6 ਮਹੀਨੇ ਲਈ ਤਾਂ ਬੰਦਾ ਵੈਸੇ ਵੀ ਬਣ ਸਕਦਾ ਉਹਨੇ ਦੁਬਾਰਾ ਚੋਣ ਕਰਵਾ ਕੇ ਤੇ ਉਹ ਮੁੱਖ ਮੰਤਰੀ ਬਣ ਗਈ ਸੀ ਪਰ ਉੱਥੇ ਹੋਇਆ ਹੈ ਕਿ ਮਮਤਾ ਬੇਨਰਜੀ ਨੂੰ ਮжоਰਿਟੀ ਇੰਨੀ ਜ਼ਿਆਦਾ ਹੋਗੀ ਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਦੇਖਿਆ ਵੀ ਕੁਝ ਬਣੀ ਬਣਦਾ ਹੀ ਕੁਝ ਨਹੀਂ ਜੀ ਬੱਟੀ ਦਾ ਕੁਝ ਨਹੀਂ ਤੇ ਫਿਰ ਜਦੋਂ ਬੰਦਾ ਕੱਲਾ ਜਾਂ ਤੁਰਾ ਫਿਰ ਜਿਹੜੇ ਚੋਂ ਬਾਹਰ ਨਿਕਲ ਕੇ ਉਹਦੀ ਹਾਲਤ ਤੁਹਾਨੂੰ ਪਤਾ ਮਾੜੀ ਹੁੰਦੀ ਹੈ ਜਿਵੇਂ ਕੋਈ ਬੱਕਰੀ ਪਾਸੇ ਨਿਕਲ ਜਾਂਦੀ ਹੈ ਉਹ ਮਿਆ ਮੈਂ ਕਰਦੀ ਫਿਰਦੀ ਹੈ ਚਿੰਬੀ ਦੂਧਕਾਰੀ ਦੀ ਹਲਤ ਵੀ ਇਹੋ ਜੀ ਹੋਗੀ ਜੀ ਇਹਨੇ ਫਿਰ ਮਮਤਾ ਬੈਨਰਜੀ ਦਾ ਆਜਰਾ ਹੈਗਾ ਭਤੀਜਾ ਅਭਿਸ਼ੇਕ ਬੈਨਰਜੀ ਜੀ ਉਹਦੇ ਨਾਲ ਗੱਲ ਕੀਤੀ ਵੀ ਯਾਰ ਮੇਰਾ ਕੁਝ ਕੰਮ ਕਰ ਕਰਾ ਲੋ ਕਹਿੰਦਾ ਜੀ ਆਜੋ ਇਹਨੇ ਪਰਪੇਰ ਦੁਆਰਾ ਮਮਤਾ ਬੈਨਰਜੀ ਦੀ ਪਾਰਟੀ TMC ਹੈ ਜਿਹੜੀ ਉਹ ਜੁਆਇਨ ਕਰ ਲਈ ਜੀ TMC ਜੁਆਇਨ ਕਰ ਲਈ ਪਰ ਇਹਨੇ ਜੁਆਇਨ ਕਰ ਲਈ ਐ ਐਮਐਲਏ ਹੁੰਦੀ ਜੀ ਐਮਐਲਏ ਤੋਂ ਅਸਤੀਫਾ ਨਹੀਂ ਦਿੱਤਾ ਜੀ ਉਹਦੇ ਤੇ ਹੁਣ ਚਾਹੀਦਾ ਤਾਂ ਜੇ ਤਾਂ ਉਹ ਐਮਐਲਏ ਤੋਂ ਅਸਤੀਫਾ ਦੇ ਦੇ ਹੁਣ ਟੈਕਨੀਕਲੀ ਉਹ ਅੱਜ ਵੀ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਕਿਉਂਕਿ ਐਮਐਲਏ ਉਹਦਾ ਜੀ ਉਹ ਹੀ ਨਾਲੇ ਪਾਸੇ ਆ ਗਿਆ ਜੀ ਹੋਇਆ ਕੀ ਕਿ ਤਿੰਨ ਚਾਰ ਦਿਨ ਹੋ ਗਏ ਉਹ ਬੰਦਾ ਚਿੰਚਿਤ ਗਾਇਬ ਹੋ ਗਿਆ ਜੀ ਵੀ ਪਤਾ ਨਹੀਂ ਕਿੱਧਰ ਗਿਆ ਜੀ ਬੰਦਾ ਕਿੱਧਰ ਗਿਆ ਟੈਲੀਫੋਨ ਦਾ ਬੰਦ ਹੋ ਗਿਆ ਘਰ ਦੇ ਉਹਦੇ ਟੈਲੀਫੋਨ ਕਰੀ ਜਾਨ ਵੀ ਕਿੱਥੇ ਟੈਲੀਫੋਨ ਜੇ ਹੁਣ ਚੱਲਦਾ ਹੋਵੇ ਤਾਂ ਹੀ ਗੱਲ ਹੋਵੇ ਜੀ ਚਲੋ ਉਹਦੇ ਬੇਟੇ ਨੇ ਭਾਈ ਮਾਰਿਆ ਮਤਲਬ ਟੈਲੀ ਟੈਲੀਫੋਨ ਕੀਤਾ ਖਬਰਾਂ ਲਵਾਤੀਆਂ ਖਬਰਾਂ ਚ ਚਿਕਾਇਤ ਵੀ ਕਰਤੀ ਹੋ ਤੇ ਬੈਠੇ ਨਹੀਂ ਜੀ ਮੇਰਾ ਤਾਂ ਪਿਓ ਗਿਆ ਉਹ ਗਿਆ ਤੇ ਗੱਲ ਕੁਝ ਕਰੋ ਪੁਲਿਸ ਨੇ ਮਾਮਲਾ ਲੈ ਲਿਆ ਦੇ ਹੱਥ ਦੇ ਵਿੱਚ ਵੀ ਲਿਆਉ ਗੱਲ ਕਰਦੇ ਤੇ ਫਿਰ ਉਹ ਪ੍ਰਤੱਖ ਹੋ ਗਿਆ ਜੀ ਜੀ ਉਹ ਕਹਿੰਦਾ ਮੈਂ ਤਾਂ ਦਿੱਲੀ ਆਇਆ ਵਾਂ ਮੈਂ ਤਾਂ ਕਹਿੰਦਾ ਆਪਦੀ ਭਾਰਤੀ ਜਨਤਾ ਪਾਰਟੀ ਛੱਡੀ ਨਹੀਂ ਮੈਂ ਤਾਂ ਹਾਂ ਭਾਰਤੀ ਜਨਤਾ ਪਾਰਟੀ ਮੇਰੇ ਕੋਲ ਤਾਂ ਕਹਿੰਦਾ ਜੀ ਆ ਦੇਖੋ ਤੁਹਾਡੇ ਸਾਹਮਣੇ ਐਮਐਲਏ ਹੈਗਾ ਮੈਂ ਉਹਨਾਂ ਦਾ ਜੀ ਤੇ ਮੈਂ ਤਾਂ ਇੱਥੇ ਇੱਕ ਤਾਂ ਆਇਆ ਨੱਡਾ ਸਾਹਿਬ ਨੂੰ ਮਿਲਣ ਵਾਸਤੇ ਜਿਹੜਾ ਕੌਮੀ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦਾ ਜੀ ਇੱਕ ਮੇਰਾ ਜੀ ਕਰਦਾ ਵੀ ਗੱਲਾਂ ਬਾਤਾਂ ਅਮਿਤ ਸ਼ਾਹ ਨਾਲ ਵੀ ਕਰ ਲਈਏ ਜੀ ਕੰਦਾ ਜੀ ਮੈਂ ਤਾਂ ਇਸ ਕੰਮ ਚ ਆਇਆ ਅਗਲੀ ਗੱਲ ਉਹ ਕਹਿੰਦਾ ਹੁਣ ਅੱਗੇ ਚੋਣਾਂ ਆ ਰਹੀਆਂ ਇੱਕ ਤਾਂ ਹੁਣ ਆ ਰਹੀਆਂ ਪੰਚਾਇਤੀ ਚੋਣਾਂ ਜੀ ਪੰਚਾਇਤੀ ਚੋਣਾਂ ਚ ਉਹ ਕਹਿੰਦਾ ਜੀ ਭਾਰਤੀ ਜਨਤਾ ਪਾਰਟੀ ਮੇਰੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ ਤੇ ਉਦੋਂ ਬਾਅਦ ਫਿਰ ਕਹਿੰਦਾ 2024 ਚ ਆਗੀਆਂ ਪਾਰਲੀਮੈਂਟ ਦੀਆਂ ਚੋਣਾਂ ਤੇ ਜਿਹੜਾ ਅਮਿਤ ਸ਼ਾਹ ਨੇ ਕਹਿੰਦਾ ਟਾਰਗੇਟ ਰੱਖਿਆ ਵੀ 30 35 ਸੀਟਾਂ ਜਿੱਤਣਗੇ ਜੀ ਤੇ 30 35 ਸੀਟਾਂ ਅਸੀਂ ਪਾਰਲੀਮੈਂਟ ਦੀਆਂ ਵੀ ਜਿੱਤ ਆ ਗਏ ਜਦੋਂ ਮਮਤਾ ਬੇਨਰਜੀ ਨੂੰ ਪੁੱਛਿਆ ਵੀ ਭਾਈ ਬੀਬਾ ਇਹ ਬੰਦਾ ਤੁਹਾਡੀ ਪਾਰਟੀ ਦਾ ਸੀ ਉਹ ਕਹਿੰਦੀ ਮੇਰੀ ਪਾਰਟੀ ਦਾ ਬੰ ਉਹ ਤਾਂ ਮੈਂਬਰ ਤਾਂ ਐਮ ਐਲ اے ਤਾਂ ਉਹਨਾਂ ਦਾ ਹੈ ਜੀ ਤੇ ਬਾਕੀ ਉਹਦੀ ਭਾਈ ਮੇਰੇ ਨਾਲ ਗੱਲ ਕਰੋ ਉਹਦੇ ਮੁੰਡੇ ਨਾਲ ਗੱਲ ਕਰ ਲਓ ਜਿਹਨੇ ਸ਼ਿਕਾਇਤ ਕੀਤੀ ਹੈ ਜੀ ਸ਼ਿਕਾਇਤ ਮੇਰੀ ਪੁਲਿਸ ਕੋਲੇ ਆ ਗਈ ਤੇ ਮੈਂ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਭਾਈ ਤੁਸੀਂ ਸ਼ਿਕਾਇਤ ਦੀ ਪੜਤਾਲ ਚੰਗੀ ਤਰ੍ਹਾਂ ਕਰੋ ਜੀ ਪੜਤਾਲ ਤਾਂ ਅਸੀਂ ਕਰਾਂਗੇ ਜੀ ਵੀ ਉਹ ਕਿਵੇਂ ਗਾਇਬ ਹੋਇਆ ਕੀ ਨਹੀਂ ਪਰ ਉਹਦੇ ਮੁੰਡੇ ਨੂੰ ਪੁੱਛ ਲਓ ਫਿਰ ਉਹਦੇ ਮੁੰਡੇ ਨਾਲ ਤਾਲਮਿਲ ਕੀਤਾ ਜੀ ਮੁੰਡਾ ਕਹਿੰਦਾ ਬਾਪੂ ਮੇਰਾ ਹੂੰ ਤਾਂ ਹੈਗਾ ਹਟਾ ਕਟਾ ਜੀ ਸਰੀਰਕ ਪੱਖੋਂ ਤਾਂ ਠੀਕ ਹੈ ਪਰ ਦਿਮਾਗੀ ਤੌਰ ਤੇ ਥੋੜਾ ਜਿਆ ਕਹਿੰਦਾ ਉਹਦੇ ਪੇਚ ਢਿੱਲੇ ਹੈ ਜੀ ਉਹਦਾ ਕੋਈ ਪਤਾ ਨਹੀਂ ਲੱਗਦਾ ਪત્રਕਾਰ ਫਿਰ ਜੋ ਬਗਾਲ ਦੇ ਪੱਤਰਕਾਰ ਤਾਂ ਬਹੁਤ ਤੇਜ ਹੁੰਦੇ ਉਹਦੇ ਅਰ ਸਾਨੂੰ ਤਸੱਲੀ ਨਹੀਂ ਹੋਈ ਉਹ ਫਿਰ ਕਹਿੰਦੇ ਤੇਰੇ ਬਾਪੂ ਦਾ ਡਾਕਟਰ ਕੌਣ ਹੈ ਉਹਨੇ ਡਾਕਟਰ ਦਾਸਾ ਉਹ ਡਾਕਟਰ ਕੋਲੇ ਚਲੇ ਗਏ ਵੀ ਡਾਕਟਰ ਸਾਹਿਬ ਤੁਸੀਂ ਦੱਸੋ ਕਿਵੇਂ ਹੈ ਕਹਿੰਦੇ ਬੰਦਾ ਸਰੀਰਕ ਤੌਰ ਤੇ ਤਾਂਦਰੁਸਤ ਹੈ ਪਰ ਦਿਮਾਗੀ ਤੌਰ ਤੇ ਥੋੜਾ ਜਿਆ ਅਬ ਅਨਬੈਲੈਂਸਡ ਜਿਆ ਹੋਇਆ ਵੈ ਹੁਣੇ ਪਤਾ ਨਹੀਂ ਵੀ ਅਨਬੈਲੈਂਸਡ ਹੋਇਆ ਕਿ ਬੈਲੈਂਸਡ ਹੋਇਆ ਕੀ ਹੋਇਆ ਕੀ ਕਾਰਵਾਈ ਹੈ ਗੋਰਖਤ ਦਾ ਉਹਦਾ ਇਹ ਹੈ ਵੀ ਉਹ ਮਤਲਬ ਘਰੋਂ ਕੁਝ ਕਹਿ ਕੇ ਜਾਂਦਾ ਜਾਂਦਾ ਕਿਧਰ ਨੂੰ ਹੈ ਪਾਰਟੀ ਕਿਹੜੀ ਚ ਹੈ ਨਾ ਘਰਦਿਆਂ ਨੂੰ ਪਤਾ ਹੈ ਨਾ ਉਹਨੂੰ ਆਪ ਨੂੰ ਪਤਾ ਵੀ ਮੈਂ ਕਿਹੜੀ ਪਾਰਟੀ ਚਾਂ ਤੇ ਜਿਹੜੀਆਂ ਪਾਰਟੀਆਂ ਤੇ ਨਾਂ ਉਹਨਾਂ ਨੂੰ ਪਾਰਟੀ ਵਾਲਿਆਂ ਨੂੰ ਪਤਾ ਹੈ ਨਾ ਤੱਕ ਅਜੇ ਤੱਕ ਮਮਤਾ ਬੇਨਰਜੀ ਕਹਿੰਦੀ ਹੈ ਮੇਰੀ ਪਾਰਟੀ ਚ ਹੈ ਤੇ ਨਾ ਹੀ ਭਾਜਪਾ ਵਾਲੇ ਇਹ ਕਹਿਣ ਨੂੰ ਤਿਆਰ ਵੀ ਨਹੀਂ ਜੀ ਨਹੀਂ ਇਹ ਤਾਂ ਸਾਡੀ ਪਾਰਟੀ ਦਾ ਐਮਐਲਏ ਹੈਗਾ ਭੰਬਲ ਪੂਸੇ ਜੇ ਦੇ ਵਿੱਚ ਤੁਰਾ ਫਿਰਦਾ ਹੈ ਜੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਿਆ ਜੀ ਕਹਿੰਦੇ ਚਰਨਜੀਤ ਸਿੰਘ ਢਟਵਾਲ ਨੇ ਵੀ ਅਸਤੀਫਾ ਦੇ ਦਿੱਤਾ ਜੀ ਚਰਨਜੀਤ ਸਿੰਘ ਢਟਵਾਲ ਪੰਜਾਬ ਦੀ ਵਿਧਾਨ ਸਭਾ ਦਾ ਦੋ ਵਾਰੀ ਸਪੀਕਰ ਰਿਹਾ ਹੈ ਜੀ ਇੱਕ ਵਾਰੀ ਇਹ ਪਾਰਲੀਮੈਂਟ ਦਾ ਡਿਪਟੀ ਸਪੀਕਰ ਰਿਹਾ ਹੈ ਜੀ ਬੰਦਾ ਜੇ ਆਪਾਂ ਦੇਖੀਏ ਤਾਂ ਇਹ ਦਲਤ ਭਾਈਚਾਰੇ ਚੋਂ ਆਇਆ ਜੀ ਇਹਦਾ ਜਨਮ ਹੋਇਆ ਸੀ ਜ਼ਿਲ੍ਹਾ ਮਿੰਟ ਗੁਮਰੀ ਚ ਪਾਕਿਸਤਾਨ ਚ ਜੀ ਜਦੋਂ ਮੁਲਕ ਤਕਸੀਮ ਹੋਇਆ ਵੱਡੀਆਂ ਪੈਗੀਆਂ ਮੁਲਕ ਆਜ਼ਾਦ ਹੋਇਆ ਤੇ ਉਦੋਂ ਫਿਰ ਇਹ ਬੰਦਾ ਇਧਰ ਇੰਡੀਆ ਚ ਆ ਗਿਆ ਸੀ ਜੀ ਜਲੰਧਰ ਆ ਕੇ ਵੀ ਬੰਦਾ ਸੈੱਟ ਹੋ ਗਿਆ ਇਹ ਲਗਾਤਾਰ ਇਲੈਕਸ਼ਨ ਲੜਦਾ ਰਿਹਾ ਜਿੱਦਾ ਵੀ ਰਿਹਾ ਕਦੇ ਹਾਰਦਾ ਵੀ ਰਿਹਾ ਇੱਜ਼ਤਮਾਨੀ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਬੰਦਾ ਗਿਣਿਆ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਨੇੜਲੇ ਸਾਥੀ ਸੀ ਉਹਨਾਂ ਦੇ ਵਿੱਚ ਹੀ ਹੁੰਦਾ ਸੀ ਜੀ ਦੇ ਮਤਲਬ ਜਿਵੇਂ ਥੋੜਾ ਸੁਖਦੇਵ ਸਿੰਘ ਢੀਟਸਾ ਹੋ ਗਿਆ ਬਰਵਿੰਦਰ ਸਿੰਘ ਪੁੰਦੜ ਹੋ ਗਏ ਜਥੇਦਾਰ ਗੁਰਚਰਨ ਸਿੰਘ ਟੋੜਾ ਹੁਣੀ ਹੋ ਗਏ ਮਰਹੂਮ ਹੈ ਤਾਂ ਜਥੇਦਾਰ ਤਲਵੰਡੀ ਹੋਣੀ ਹੋਗੇ ਜਿਹੜੇ ਉਹ ਬੰਦੇ ਸੀ ਉਹਨਾਂ ਦੇ ਵਿੱਚੋਂ ਦੂਜੀ ਲਾਈਨ ਦਾ ਬੰਦਾ ਏ ਸੀ ਜੀ ਇਹ ਉਹਨਾਂ ਦੇ ਨਾਲ ਖੜਾ ਰਿਹਾ ਔਰ ਪਾਰਟੀ ਨੇ ਕਦੇ ਇਹਦੇ ਤੇ ਮਤਲਬ ਜਿਹੜਾ ਕੋਈ ਕਦੇ ਬੇਵਿਸ਼ਵਾਸੀ ਨਹੀਂ ਪ੍ਰਗਟ ਕੀਤੀ ਸੀ ਜੀ ਤੇ ਉਹ ਵੀ ਇਹ ਸਮਝਦਾ ਸੀ ਕਿ ਪਾਰਟੀ ਮੇਰੀ ਪਾਰਟੀ ਹੈ ਪਰ ਜਦੋਂ ਆਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਥੋੜੀ ਜੀ ਤਬਦੀਲੀ ਆ ਗਈ ਬਾਦਲ ਸਾਹਿਬ ਬਜ਼ੁਰਗ ਹੋ ਗਏ ਉਹਨਾਂ ਨੇ ਪਛਾਪੜ ਖਿੱਚ ਲਿਆ ਸੁਖਬੀਰ ਸਿੰਘ ਬਾਦਲੋਂ ਨਾਲ ਕੋਈ ਕਮਾਂਡ ਆ ਗਈ ਤੇ ਉਦੋਂ ਫਿਰ ਇਸ ਪਾਰਟੀ ਦਾ ਜਿਹੜਾ ਪੰਥਕ ਚਿਰਤ ਰ ਹੈ ਜੀ ਉਹ ਥੋੜਾ ਜਿਹਾ ਧੁੰਦਲਾ ਪੈ ਗਿਆ ਜੀ 1996 ਦੇ ਵਿੱਚ ਇੱਕ ਮੋਗੇ ਕਾਨਫਰੰਸ ਹੋਈ ਸੀ 1996 ਦੇ ਵਿੱਚ ਇਹਨਾਂ ਨੇ ਆਪ ਦਾ ਅਕਾਲੀ ਦਲ ਜੀ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਸੀ ਇਹਨਾਂ ਨੇ ਕਹਿੰਦਾ ਇਹ ਪੰਜਾਬੀ ਪਾਰਟੀ ਹੈ ਜੀ ਕਿਉਂਕਿ ਜਿਹੜੇ ਲੋਕ ਭਾਵਨਾਵਾਂ ਨਾਲ ਧਾਰਮਿਕ ਭਾਵਨਾਵਾਂ ਨਾਲ ਪੰਥਕ ਭਾਵਨਾਵਾਂ ਨਾਲ ਜੁੜੇ ਹੁੰਦੇ ਆ ਜੀ ਉਹ ਉਦੋਂ ਦਾ ਜੁੜੇ ਰਹਿੰਦੇ ਆ ਤੇ ਜਦੋਂ ਆਪਾਂ ਆਪਦੀ ਐਪੀ ਕਹਿ ਦਈਏ ਵੀ ਸਾਡੇ ਤੇ ਕੋਈ ਭਾਈ ਰਸਾ ਪੜਾ ਹੈ ਨਹੀਂ ਕੋਈ ਸਾਡੇ ਤੇ ਲਗਾਮ ਨਹੀਂ ਕੁਝ ਨਹੀਂ ਹੈ ਖੁੱਲੇ ਹੋ ਸਾਰੇ ਜੋ ਮਰਜ਼ੀਆ ਕਰ ਲੋ ਜੋ ਆਵੇ ਜੋ ਜੀ ਆਵੇ ਸੁਰਾਜੀ ਜਾਵੇ ਇਹ ਗੱਲ ਚੱਲ ਪਈ ਤਾਂ ਉਦੋਂ ਫਿਰ ਥੋੜਾ ਜਿਆ ਤੇ ਇੱਕ ਦਿਨ ਨਵੀਂ ਪੀੜੀ ਦੇ ਕੋਲੇ ਕਮਾਂਡ ਆ ਜਾਂਦੀ ਹੈ ਜੀ ਉਹ ਪੁਰਾਣੇ ਬੰਦਿਆਂ ਨੂੰ ਮਤਲਬ ਉਹ ਜਿਵੇਂ ਸਮਝ ਦੇਦੀ ਇੱਕ ਤਾਂ ਬੁੱਢਾ ਹੋ ਗਿਆ ਅਟਵਾਲ ਸਾਹਿਬ ਜੀ ਦੂਜੀ ਗੱਲ ਆਉਂਦਾ ਗਰੀਬ ਭਾਈਚਾਰੇ ਚੋਂ ਐ ਜੀ ਉਹ ਕਈ ਵਾਰੀ ਫਿਰ ਜਿਹੜੇ ਹੈਗੇ ਨਵੇਂ ਲੀਡਰਾਂ ਦੇ ਨੱਕ ਥੱਲੇ ਨਹੀਂ ਆਉਂਦਾ ਉਹ ਵਿਚਾਰਾ ਪਾਸੇ ਜਿਹਾ ਹੋਇਆ ਬੈਠਾ ਰਿਹਾ ਜੀ ਉਹਦੇ ਹੁਣ ਦੋ ਮੁੰਡੇ ਆ ਜੀ ਉਹਦੇ ਦੋਨੇ ਮੁੰਡੇ ਪਿਛਲੀ ਦਿਨਾਂ ਚ ਕਰਕੇ ਭਾਰਤੀ ਜਨਤਾ ਪਾਰਟੀ ਜੋਇਨ ਜੀ ਇੱਕੋ ਦਾ ਮੁੰਡੇ ਦਾ ਨਾਮ ਇੰਦਰ ਇਕਵਾਲ ਸਿੰਘ ਅਟਵਾਲ ਹੈ ਜੀ ਉਹ ਇੰਦਰ ਹੁਰਾ ਨੂੰ ਦਿੱਤੀ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੀ ਟਿਕਟ ਜਿਲ੍ਹਾ ਅੰਦਰ ਹਲਕੇ ਤੇ ਜਿਹੜੀ ਉਪ ਚੋਣ ਹੋ ਰਹੀ ਹੈ ਵੀ ਭਾਈ ਤੂੰ ਸਾਡੇ ਵੱਲੋਂ ਚੋਣ ਲੜ ਜੀ ਉਹ ਮੁੰਡਾ ਹੁਣ ਉੱਥੇ ਹੈਗਾ ਕੈਂਡੀਡੇਟ ਕੱਲ ਉਹਨਾਂ ਨੇ ਵੀ ਅਸਤੀਫਾ ਦਿੱਤਾ ਅਟਵਾਲ ਸਾਹਿਬ ਕਹਿੰਦੇ ਵੀ ਗੱਲ ਇਹ ਮੈਂ ਉਸੇ ਘਰ ਚ ਰਹਿਣਾ ਜੀ ਮੇਰੇ ਮੁੰਡੇ ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ ਚਲੇ ਗਏ ਮੁੰਡਾ ਮੇਰਾ ਇਲੈਕਸ਼ਨ ਲੜੀਦਾ ਭਾਰਤੀ ਜਨਤਾ ਪਾਰਟੀ ਚੋਂ ਬੋਟ ਤਾਂ ਮੈਂ ਆਪਦੇ ਮੁੰਡੇ ਨੂੰ ਪਾਉਂਗਾ ਹੀ ਨਾ ਜੀ ਤੇ ਫੇਰ ਭਾਈ ਕਹਿੰਦੇ ਜਿਹੜੀ ਹੈਗੀ ਮੇਰੀ ਨੈਤਿਕਤਾ ਮੈਨੂੰ ਅਲਾਉ ਨਹੀਂ ਕਰਦੀ ਵੀ ਮੈਂ ਕਾਲੀ ਦਲ ਚ ਵੀ ਰਹਾ ਜੀ ਜਦੋਂ ਮੈਂ ਕਾਲੀ ਦਲ ਦੇ ਨਾਲ ਹੀ ਨਹੀਂ ਰਹਾ ਜੀ ਮੇਰੇ ਮੁੰਡੇ ਕਾਲੀ ਦਲ ਦੇ ਉਲਟ ਮਤਲਬ ਜਿਹੜੇ ਹੋਗੇ ਮੁੰਡਾ ਮੇਰਾ ਚੋਣ ਲੜਦਾ ਹੈ ਮੈਨੂੰ ਉਹਦੇ ਨਾਲ ਖੜਨਾ ਪੈਣਾ ਹੈ ਮੈਨੂੰ ਜਾਣਾ ਪੈਣਾ ਹੈ ਜੀ ਆਹ ਲਓ ਜੀ ਮੈਂ ਆਪਦੀ ਜਿਹੜੀ ਹੈਗੀ ਅਕਾਲੀ ਦਲ ਤੋਂ ਅਸਤੀਫਾ ਦੇਣਾ ਤੇ ਕੱਲ ਉਹਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਦਲਵੀਰ ਜੀ ਇੱਕ ਚੰਗਾ ਝਟਕਾ ਹੈ ਜੀ ਅਕਾਲੀ ਦਲ ਨੂੰ ਕੋਈ ਛੋਟਾ ਝਟਕਾ ਨਹੀਂ ਵੱਡਾ ਝਟਕਾ ਹੈ ਅਰੇ ਇਹ ਚੋਣਾਂ ਦੇ ਦਿਨਾਂ ਦੇ ਵਿੱਚ ਅਕਸਰ ਜਿਹੜਾ ਹੈਗਾ ਕਟਕ ਸਾਬਤ ਹੁੰਦਾ ਹੁੰਦਾ ਹੈ ਉਹਨੇ ਸੁਖਵੀਰ ਸਿੰਘ ਜਾਣੇ ਤੇ ਉਹਨਾਂ ਦੇ ਸਲਾਹਕਾਰ ਜਾਣਣ ਕਿ ਇਹੋ ਜਿਹੇ ਬੰਦੇ ਜਦੋਂ ਛੜ ਛੜ ਕੇ ਜਾਣ ਲੱਗਦੇ ਹਨ ਤੇ ਫਿਰ ਕਾਲੀ ਦਲ ਨੂੰ ਤੁਸੀਂ ਸੰਭਾਲੋਗੇ ਜਾਂ ਕਾਲੀ ਦਲ ਨੂੰ ਨਾ ਬੁਲੰਦੀਆਂ ਤੇ ਕਿਵੇਂ ਲੈ ਕੇ ਜਾਓਗੇ ਜਿੱਥੇ ਤੁਸੀਂ ਚੋਣਾਂ ਦੇ ਵੇਲੇ ਪਿਛਲੇ ਦਿਨਾਂ ਚ ਉਹਨਾਂ ਦੇ ਇੱਕ ਸਹਿਯੋਗੀ ਸਾਥੀ ਸਲਾਹਕਾਰ ਉਹਨਾਂ ਦੇ ਮਤਲਬ ਬਹੁਤ ਕਰੀਬੀ ਹੈ ਉਹਨਾਂ ਨੇ ਅੰਕੜੇ ਜੀ ਕੁਝ ਦਿੱਤੇ ਸੀ ਉਹ ਕਹਿੰਦੇ ਵੀ ਕਾਲੀ ਦਲ ਦੇ ਨਾਲ ਤਾਂ ਬਹੁਤ ਪੈੜੀ ਹੋਈ ਹੈ ਪਰ ਕਾਲੀ ਦਲ ਫੇਰ ਦੁਬਾਰਾ ਕਹਿੰਦੇ ਵੀ ਮੁੜ ਕੇ ਬੁਲੰਦੀਆਂ ਤੇ ਜਾਂਦਾ ਰਹਿੰਦਾ ਹੈ 1995 ਦਾ ਹਵਾਲਾ ਦਿੰਦੇ ਆ ਜੀ 1995 ਚ ਵੀ ਅਸੀਂ ਆ ਗਏ ਸੀ 1999 ਦੇ ਵਿੱਚ ਤਾਂ ਜੀ ਕਹਿੰਦਾ ਸਰ ਜਮਾ ਹੀ ਹੁੰਜਾ ਫਿਰ ਗਿਆ ਸੀ ਜੀ ਵੋਟਾਂ ਹੀ 5% ਰਹਿ ਗਈਆਂ ਸੀ ਫੇਰ ਫੇਰ ਕਾਲੀ ਦਲ ਆ ਗਿਆ ਤੇ ਹੁਣ ਕਾਲੀ ਦਲ ਫੇਰ ਕਹਿੰਦੇ ਬੁਲੰਦੀਆਂ ਤੇ ਆਊਗਾ ਪਰ ਗੱਲ ਇਹ ਹੈ ਵੀ ਜਦੋਂ ਇਹੋ ਜਿਹੇ ਬੰਦੇ ਛੜ ਛੜ ਕੇ ਚਲੇ ਜਾਣ ਪਹਿਲਾਂ ਆਪਾਂ ਦੇਖਿਆ ਵੀ ਟੀਟਸਾ ਸਾਹਿਬ ਛੜ ਕੇ ਚਲੇ ਗਏ ਐ ਬੀਬੀ ਜਗੀਰ ਕੌਰ ਵੀ ਛੜ ਕੇ ਚ ਪੁਰਾਣੇ ਬੰਦਿਆਂ ਦੇ ਵਿੱਚ ਹਟਵਾਲ ਸਿੰਘ ਸਾਹਿਬ ਰਹਿ ਗਏ ਸੀ ਤੇ ਜੇ ਹਟਵਾਲ ਸਾਹਿਬ ਵੀ ਜਾ ਰਹੇ ਹੈ ਤਾਂ ਅਕਾਲੀ ਦਲ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਜੀ ਦਿਲਜੀਤ ਜੀ ਜੀ ਟਿਲੋ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਤੇ ਦੋਸਤੋ ਜ਼ਰੂਰੀ ਸੂਚਨਾ ਸਾਡੇ ਮੈਨੇਜਿੰਗ ਐਡੀਟਰ ਸਾਹਿਬ ਜਨਾਬ ਸਵਰਨ ਸਿੰਘ ਦਾਨੇ ਵਾਲੀਆਂ ਹੋਰਾਂ ਦੇ ਜਿਹੜੇ ਕਿ ਅੱਜ ਕੱਲ ਕੈਨੇਡਾ ਤੇ ਅਮਰੀਕਾ ਦੇ ਟੂਰ ਤੇ ਨੇ ਤੁਹਾਨੂੰ ਦੱਸ ਦਈਏ ਕਿ ਸਰੀ ਦੇ ਵਿੱਚ ਨਗਰ ਕੀਰਤਨ ਜਿਹੜਾ ਹੈ ਉਹ 22 April 2023 ਨੂੰ ਬੜੇ ਉਤਸ਼ਾਹ ਨਾਲ ਕੱਢਿਆ ਜਾ ਰਿਹਾ ਕਿਉਂਕਿ ਇਹ ਉਤਸ਼ਾਹ ਦੇਖਦੇ ਹੀ ਬੰਨਾ ਕਿਉਂਕਿ ਲੋਕਾਂ ਚ 4 ਸਾਲ ਬਾਅਦ ਇਸ ਨਗਰ ਕੀਰਤਨ ਨੂੰ ਲੈ ਕੇ ਪੂਰਾ ਉਤਸ਼ਾਹ ਲਾਕਡਾਊਨ ਤੋਂ ਬਾਅਦ ਇਹ ਪਹਿਲੀ ਵਾਰੀ ਨਗਰ ਕੀਰਤਨ ਜਿਹੜਾ ਹੈਗਾ ਇਸ ਸਰੀ ਦੇ ਵਿੱਚ ਕੱਢਿਆ ਜਾਣਾ 7 ਲੱਖ ਦੇ ਕਰੀਬ ਸ਼ਰਧਾਲੂਆਂ ਸੰਗਤਾਂ ਦੇ ਜੁੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਹੋਟਲ ਰਿਸ਼ਤੇਦਾਰਾਂ ਦੇ ਅਪਾਰਟਮੈਂਟ ਬੇਸਮੈਂਟ ਦੋਸਤਾਂ ਦੇ ਘਰ ਸਭ ਨਕੁਨਕ ਭਰ ਗਏ ਆ ਜੀ ਉਹਨਾਂ ਦੀ ਆਮਦ ਸ਼ਰਧਾਲੂਆਂ ਦੀ ਬੜੀ ਭਾਰੀ ਨਜ਼ਰ ਆ ਰਹੀ ਹੈ ਤੇ ਅੱਜ ਸਰੀ ਦੇ ਵਿੱਚ ਸਵਰਨ ਸਿੰਘ ਧਾਨੇਵਾਲੀਆ ਮੈਨੇਜਿੰਗ ਐਡੀਟਰ ਰੇਡੀਓ ਪੰਜਾਬ ਟੂਡੇ ਉਹ ਐਬਸਫੋਰਥ ਹੈਗਾ 23 ਤਰੀਕ ਨੂੰ ਨਗਰ ਕੀਰਤਨ ਜਿਹੜਾ ਹੈਗਾ ਉਹ 22 ਤਰੀਕ ਨੂੰ ਨਗਰ ਕੀਰਤਨ ਹੈ ਤੇ 23 ਨੂੰ ਵਾਸ਼ਿੰਗਟਨ ਸੀਟਲ ਦੇ ਵਿੱਚ ਸਵਰਨ ਸਿੰਘ ਧਾਨੇਵਾਲੀਆ ਸਾਹਿਬ ਨਾਲ ਤੁਸੀਂ ਮੁਲਾਕਾਤ ਕਰ ਸਕਦੇ ਹੋ ਮਿਲ ਸਕਦੇ ਹੋ ਉਹਨਾਂ ਦਾ ਨੰਬਰ ਹੈ ਜੀ +15645169168 ਇਹਨਾਂ ਤੇ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਧਾਨੇਵਾਲੀਆ ਸਾਹਿਬ ਨਾਲ ਬਹੁਤ ਬਹੁਤ ਧੰਨਵਾਦ ਜੀ ਇਸ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਦਲਬੀਰ ਬਰਾੜ ਨੂੰ ਖਤਮ ਕਰਨ ਦੀ ਦਿਓ ਆ ਗਿਆ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ ਰੱਬ ਰੱਖਾ